ਜਦ ਤੁਸੀਂ ਸ਼ੁਰੂਆਤ કરી ਸੀਗੇ ਇਸ ਸਫ਼ਰ ਦੀਆਂ ਨਾ ਜਾਂ ਫਿਰ ਕਹਿ ਸਕਦੇ ਕਿ ਕਮੇਡੀ ਕਰੈਕਟਰ ਦੀ ਜਦ ਤੁਹਾਨੂੰ ਪਤਾ ਲੱਗਾ ਸੀ ਯਾਰ ਵੀ ਮੈਂ ਇਸ ਕਰੈਕਟਰ ਵੱਲ ਜਾ ਸਕਦਾ ਹਾਂਗਾ ਕਿੰਨੀ ਇੱਕ ਮੁਸ਼ਕਲ ਆਈਆਂ ਬਾਈ ਕਿੰਨੇ ਇੱਕ ਜਿਹੜਾ ਤਸੱਦਦ ਸੀਗੇ ਉਦੋਂ ਚੱਲਣੇ ਪਏ ਤੁਹਾਨੂੰ ਅ ਦੇਖੋ ਜੀ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਵੀ ਮੈਂ ਇੰਨਾ ਕਲਾਕਾਰ ਜਾਂ ਬਣ ਜਾਊਂਗਾ ਲੋਕ ਮੈਨੂੰ ਪਿਆਰ ਕਰਨਗੇ ਦੇਖੋ ਪਹਿਲਾਂ ਤਾਂ ਗੱਲ ਆਈ ਵੀ ਅਸੀਂ ਛੋਟੇ ਹੁੰਦੇ ਮਤਲਬ ਪ੍ਰੋਗਰਾਮ ਕਰਦੇ ਹੁੰਦੇ ਸੀ ਬਿਆਹਾਂ ਸਾਧੀਆਂ ਚ ਹੋ ਗਿਆ ఆర్కెస్ట్రా ਵਾਲਿਆਂ ਨਾਲ ਉਦੋਂ ਆ ਤੇ ਫਿਲਮਾਂ ਚ ਆਉਣ ਲੱਗ ਗਏ ਫਿਲਮਾਂ ਚ ਮੈਨੂੰ ਲੋਕਾਂ ਨੇ ਪਸੰਦ ਕੀਤਾ ਕਹਿੰਦੇ ਭੂਆ ਸਾਈਕਲ ਚ ਚਲਾਉਂਦੀ ਆ ਕਦੇ ਮੋਟਰਸਾਈਕਲ ਚ ਚਲਾਉਂਦੀ ਆ ਕਦੇ ਘਾਹ ਰੇਤੇ ਚੜ ਜਾਂਦੀ ਆ ਤੇ ਉਹ ਲੋਕਾਂ ਨੇ ਗੱਲਾਂ ਪਸੰਦ ਕੀਤੀਆਂ ਮੇਰੀਆਂ ਤੇ ਮੈਨੂੰ ਪਿਆਰ ਕੀਤਾ ਦੇ ਸਭ ਦੇ ਸੱਚ ਦੇਖਣ ਲੱਗ ਗਏ ਆਪਦੇ ਬਿਆਹ ਸਾਹਿਬ ਦੀਆਂ ਜਬਰੋਂ ਦੇ ਬਸ ਉੱਥੇ ਹੀ ਲੋਕ ਪਿਆਰ ਕਰਨ ਲੱਗ ਗਏ ਸਾਨੂੰ ਸਾਥ ਦੀ ਗੱਲ ਕੀ ਰਹੀ ਜੀ ਦੇਖੋ ਮੇਰੇ ਜਿਹੜੇ ਮਾਪਿਓ ਸੀ ਕਿ ਅਨਪੜ੍ਹ ਸੀ ਉਹਨਾਂ ਨੂੰ ਕੋਈ ਵੀ ਪਤਾ ਨਹੀਂ ਸੀਗਾ ਤੇ ਉਹਨਾਂ ਨੇ ਮੈਨੂੰ ਕਦੇ ਰੋਕੇ ਨਹੀਂ ਹੈਗਾ ਵੀ ਤੂੰ ਕੀ ਕਰਦਾ ਕੀ ਨਾ ਉਹ ਕਹਿੰਦੇ ਵੀ ਤੇਰੀ ਜ਼ਿੰਦਗੀ ਹੈ ਤੂੰ ਆਪ ਕਰਨੀ ਆ ਜੋ ਵੀ ਕਰਨਾ ਤਾਂ ਆਪ ਕਰਨਾ ਆਪਦੇ ਪੈਰਾਂ ਤੇ ਖੜੇ ਹੋਇਆ ਆ ਤੇ ਬਹੁਤ ਗਰੀਬੀ ਦੇਖੀ ਹੈ ਜੀ ਮੈਂ ਆਪਣੇ ਸਾਡੇ ਘਰ ਜਿਹੜੀ ਸੱਤ ਕੱਚੀ ਹੁੰਦੀ ਸੀ ਉਹ ਵੀ ਟਾਈਮ ਦੇਖਿਆ ਜਦੋਂ ਮੀਂਹ ਪੈਣ ਲੱਗ ਜਾਂਦੀ ਸਾਡੀ ਸੱਤ ਚੋਣ ਲੱਗ ਜਾਂਦੀ ਸੀ ਮੇਰੇ ਫਾਦਰ ਸਾਹਿਬ ਇੱਕ ਦੂਜੀ ਦਾ ਵੀ ਕੰਮ ਕਰਦੇ ਰਹੇ ਨੇ ਦੁੱਧ ਵੀ ਚਾਗਦੇ ਰਹੇ ਨੇ ਤੇ ਉਹਨਾਂ ਸਾਡੀ ਸਾਈਕਲਾਂ ਦੀ ਦੁਕਾਨ ਸੀਗੀ ਪੈਂਚਰਾਂ ਦੀ ਤੇ ਮੈਂ ਪੈਂਚਰਾਂ ਦੇ ਵੀ ਲਾਏ ਨੇ ਜੀ ਬਹੁਤ ਮਤਲਬ ਮਿਹਨਤ ਮਜ਼ਦੂਰੀ ਵੀ ਕੀਤੀ ਆ ਬਹੁਤ ਖੁਸ਼ੀ ਹੁੰਦੀ ਹੈ ਵੀ ਪ੍ਰਮਾਤਮਾ ਦਾ ਦੇਖੋ ਮੈਂ ਤਾਂ ਸ਼ੁਕਰਗੁਜ਼ਾਰ ਕਰਦਾ ਵੀ ਪ੍ਰਮਾਤਮਾ ਤੈਂ 5 ਰੁਪਏ ਕਮਾਉਣ ਵਾਲੇ ਸੀਗੇ ਅਸੀਂ ਅੱਜ ਤਾਂ ਸਾਨੂੰ ਲੱਖਾਂ ਦੇ ਕਰਤਾ ਪਹਿਲਾਂ ਕਦੇ ਅਸੀਂ ਸਾਈਕਲਾਂ ਤੇ ਫਿਰਦੇ ਹੁੰਦੇ ਸੀ ਮੋਟਰਸਾਈਕਲਾਂ ਤੇ ਅੱਜ ਜਹਾਜ਼ਾਂ ਦੇ ਸਫ਼ਰ ਕਰ ਰਹੇ ਹਾਂ ਬਹੁਤ ਲੋਕਾਂ ਨੇ ਮੈਨੂੰ ਵਰਤਿਆ ਵੀ ਮਤਲਬ ਪ੍ਰੋਗਰਾਮ ਲਵਾ ਲੈਂਦੇ ਸੀਗੇ ਸਾਡੇ ਜਿਹੜੇ ਪੈਸੇ ਸੀਗੇ ਬਣਦਾ ਹੱਕ ਸੀ ਉਹ ਦਿੰਦੇ ਨਹੀਂ ਸੀ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਕੀਤੀ ਲੋਕ ਕੰਮ ਕਰਾ ਲੈਂਦੇ ਸੀ ਉਸ ਤੋਂ ਬਾਅਦ ਕਹਿੰਦੇ ਕੱਲੂ ਦਵਾਂਗੇ ਪਰਸੋਂ ਦਵਾਂਗੇ ਬਸ ਉਹਨਾਂ ਦੀ ਆਈ ਨਹੀਂ ਮਤਲਬ ਇਦਾਂ ਵੀ ਲੋਕਾਂ ਨੇ ਵਰਤਿਆ ਕਈ ਲੋਕ ਐਦਾਂ ਦੇ ਵੀ ਇੰਡਸਟਰੀ ਦੇ ਵਿੱਚ ਦੇਖੇ ਨੇ ਕਈ ਸੁਪਨੇ ਦਿਖਾ ਦਿੰਦੇ ਨੇ ਤੂੰ ਤਾਂ ਬਹੁਤ ਵੱਡਾ ਕਲਾਕਾਰ ਆ ਤੈਨੂੰ ਤਾਂ ਬਾਹਰ ਲੈ ਜਾਾਂਗੇ ਅਸੀਂ ਤਾਂ ਇਹਨੂੰ ਐ ਕਰ ਦਾਂਗੇ ਉਹਨਾਂ ਲਈ ਅਸੀਂ ਫ੍ਰੀ ਕੰਮ ਕਰਦੇ ਰਹੇ ਉਹ ਬਾਹਰ ਕਿਸੇ ਹੋਰ ਨੂੰ ਹੀ ਲੈ ਜਾਂਦੇ ਸੀ ਹਾਂ ਇਹੋ ਜਿਹੇ ਵਾਕੇ ਤਾਂ ਬਾਹਲੇ ਹੁੰਦੇ ਨੇ ਕਈ ਜਿਹੜੇ ਬੁੜੇ ਤੁਹਾਨੂੰ ਪਤਾ ਹੀ ਹੁੰਦੇ ਠਰਕੀ ਜੇ ਹੁੰਦੇ ਨੇ ਤੇ ਉਹ ਠਰਕਪੂਰ ਲੱਗ ਜਾਂਦੇ ਨੇ ਕਹਿ ਦੇਣਗੇ ਵੀ ਤੇਰਾ ਵਿਆਹ ਹੋਇਆ ਮੈਂ ਕਹਦੀ ਨਹੀਂ ਆ ਨਹੀਂ ਮੇਰਾ ਤਾਂ ਵਿਆਹ ਨਹੀਂ ਹੋਇਆ ਤੂੰ ਦੱਸ ਕਰਾਉਣਾ ਅਗਲਾ ਰਾਜੀ ਵੀ ਹੋ ਜਾਂਦਾ ਕਈ ਜੋ ਲੋਕ ਨੇ ਦੇਖੋ ਲੋਕਾਂ ਨੇ ਤੁਹਾਨੂੰ ਖਾਣ ਨੂੰ ਨਹੀਂ ਦੇਣਾ ਲੋਕ ਸਿਰਫ ਗੱਲਾਂ ਕਰ ਸਕਦੇ ਆ ਤੁਹਾਡੇ ਬਾਰੇ ਵੀ ਇਹ ਐਂ ਕਰਦਾ ਐਂ ਕਰਦਾ ਦੇਖੋ ਜੇ ਮੈਂ ਬੁੜੀ ਬਣਦਾ ਚਾਹੇ ਕੁਛ ਮਰਜੀ ਬਣਦਾ ਮੈਂ ਲੋਕਾਂ ਨੂੰ ਹਸਾਉਣਾਗਾ ਇਹ ਸਾਡੇ ਉਸਤਾਦ ਜੀ ਜਿਨ੍ਹਾਂ ਨੂੰ ਮੈਂ ਮੰਨਦਾ ਭਗਵੰਤ ਮਾਨ ਜੀ ਮੈਂ ਭਗਵੰਤ ਮਾਨ ਜੀ ਦੀ ਬਹੁਤ ਕੈਸਟਾਂ ਸੁਣਦਾ ਹੁੰਦਾ ਸੀ ਸੇਮੀ ਚ ਇੱਕ ਚਲਾਕ ਭਈਏ ਆਏ ਸੀਗੇ ਉਹ ਕੈਸਟਾਈ ਸੀ ਉਹ ਵੀ ਮੈਂ ਬਹੁਤ ਸੁਣੀ ਉਹ ਕਿਤੇ ਮੇਰੇ ਦਿਮਾਗ ਤੇ ਬੈ ਗਈ ਮੈਂ ਉਹੀ ਮੇਰੇ ਦਿਮਾਗ ਚ ਘੁੰਮੀ ਜਾਣੀ ਉਹੀ ਸਕ੍ਰਿਪਟ ਮੈਂ ਸੁਣਾਈ ਜਾਣਾ ਹੈ ਮਤਲਬ ਭਗਵੰਤ ਮਾਨ ਜੀ ਵਾਲੇ ਨਹੀਂ ਜਦੋਂ ਮੈਂ ਫੈਰ ਤਰਾ ਸਣਕ ਤੇ ਭਾਈ ਮੈਂ ਤਾਂ ਇੱਕ ਬੇਨਤੀ ਕਰਦੀ ਆ ਭਗਵੰਤ ਵੀ ਕੈਪਟਨ ਵਾਲੀ ਨਾ ਕਰ ਜੀ ਹਲੇ ਤੱਕ ਸਾਡੇ ਮੁੰਡੇ ਫੋਨ ਡਿੱਕੀ ਜਾਂਦੇ ਆ ਹੈ ਨਮਸਕਾਰ ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਅੱਜ ਕੱਲ ਦੇ ਸਮਾਜ ਦੇ ਵਿੱਚ ਹੱਸਣਾ ਬੜਾ ਜ਼ਰੂਰੀ ਹੈ ਜਿਵੇਂ ਕਿ ਆਪਾਂ ਗੱਲ ਕਰ ਲਈ ਨਾ ਜੇਕਰ ਕੋਈ ਮਰੀਜ਼ ਹੋਵੇ ਜਾਂ ਫਿਰ ਹਸਪਤਾਲਾਂ ਦੇ ਵਿੱਚ ਗੱਲ ਕਰੀ ਅੱਜ ਕੱਲ ਤਾਂ ਬਿਮਾਰੀਆਂ ਹੀ ਨਹੀਂ ਇੱਕ ਵੱਧ ਚੁੱਕੀਆਂ ਨੇ ਕਿ ਹਾਂ ਅੱਜ ਕੱਲ ਤਾਂ ਪ੍ਰੋਬਲਮਾਂ ਇੰਨੀਆਂ ਵੱਧ ਚੁੱਕੀਆਂ ਨੇ ਕਿ ਹਰ ਇੱਕ ਇਨਸਾਨ ਡਿਪਰੈਸ਼ਨ ਦੇ ਵਿੱਚ ਹੈਗਾ ਜਿਵੇਂ ਕਿ ਮੈਂ ਅਕਸਰ ਇੱਕ ਗੱਲ ਸੁਣਦਾ ਹਾਂ ਕਿਹਦੇ ਹੱਸਣ ਦੀ ਆਦਤ ਪਾ ਲੋ ਡਿਪਰੈਸ਼ਨ ਗਾਇਬ ਹੋ ਜਾਊਗਾ ਤੁਹਾਡਾ ਤੇ ਅੱਜ ਇਸ ਇੰਟਰਵਿਊ ਦੇ ਜ਼ਰੀਏ ਤੁਹਾਨੂੰ ਅਸੀਂ ਹਸਾਉਣ ਆਏ ਆਂਗੇ ਦੋਸਤੋ ਤੁਸੀਂ ਵੀ ਕਹੋਗੇ ਕਿਰ ਵੀ ਕੀ ਇਹ ਐਂਕਰ ਕੀ ਬੋਲੀ ਜਾਂਦਾ ਹੈਗਾ ਹਸਾ ਕਿਵੇਂ ਦਊਗਾ ਹੈ ਕਿਉਂਕਿ ਪਹਿਲਾਂ ਵੀ ਆਪਾਂ ਬੜੀਆਂ ਇੰਟਰਵਿਊ ਕਰੀਆਂ ਨਹੀਂ ਗਈ ਹੈ ਨਾ ਮੈਂ ਤਾਂ ਕੋਈ ਤਾਂ ਤਾਂ ਕੰਮ ਕਰਿਆ ਨਹੀਂ ਪਰ ਅੱਜ ਜਿਸ ਕਰੈਕਟਰ ਨਾਲ ਤੁਹਾਡੀ ਮੈਂ ਮੁਲਾਕਾਤ ਕਰਾਊਂਗਾ ਜਾਂ ਫਿਰ ਕਹਿ ਸਕਦੇ ਆਂਗੇ ਜਿਸੇ ਇਨਸਾਨ ਨਾਲ ਤੁਹਾਡੀ ਮੈਂ ਮੁਲਾਕਾਤ ਕਰਾਊਂਗਾ ਅਕਸਰ ਤੁਸੀਂ ਫਿਲਮਾਂ ਦੇ ਵਿੱਚ ਟੀਵੀ ਦੇ ਉੱਤੇ ਜਾਂ ਫਿਰ ਆਪਣੇ ਫੋਨਾਂ ਦੇ ਵਿੱਚ ਦੇਖਦੇ ਰਹੋਗੇ ਤੇ ਉਹਨਾਂ ਨੂੰ ਦੇਖ ਕੇ ਹਾਸਾ ਹਾਸਾ ਤੁਸੀਂ ਦੂਰੇ ਹੋ ਜਾਨੇ ਹੋਗੇ ਮੇਰੀ ਮੁਰਾਦ ਹੈ ਜੀ ਬਿੱਬਾਪੂਆ ਜੀ ਅਕਸਰ ਬਿੱਬਾਪੂਆ ਦਾ ਜਦੋਂ ਨਾਮ ਆਉਂਦਾ ਹੈ ਤਾਂ ਆਪਣੇ ਦਿਮਾਗ ਦੇ ਵਿੱਚ ਇੱਕ ਇਮੇਜ ਬਣ ਜਾਂਦੀ ਹੈ ਕਿ ਇੱਕ ਅਜਿਹੀ ਅਜਿਹੀ ਮੇਜ ਬਣ ਜਾਂਦੀ ਹੈ ਜਿਨ੍ਹਾਂ ਨੂੰ ਆਪਾਂ ਅਕਸਰ ਕਮੇਡੀ ਫਿਲਮਾਂ ਦੇ ਵਿੱਚ ਜ਼ਿਆਦਾਤਰ ਦੇਖਦੇ ਆਂਗੇ ਜਿਵੇਂ ਕਿ ਆਪਾਂ ਗੱਲ ਕਰ ਲਈਏ ਤਨੋਜ ਟਿੱੱਬਾ ਜੇਕਰ ਰਹੇ ਨੇ ਟਿੱਬੇ ਤੋਂ ਟਿੱਬੇ ਤੋਂ ਤਨੋਜ ਟਿੱੱਬਾ ਜੀ ਨਾਮ ਦਾ ਸ਼ਖਸ ਰਿਹਾ ਜਿਹੜੇ ਬਿੱਬਾਪੂਆ ਦਾ ਕਰੈਕਟਰ ਅਦਾ ਕਰਦੇ ਨੇ ਤੇ ਲੋਕ 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 ਤਨੋਜ ਟਿੱੱਬਾ ਜੀ ਨੂੰ ਮੇਰੇ ਖਿਆਲ ਨਾਲ ਘੱਟ ਜਾਣਦੇ ਨੇ ਬਿੱਬਾਪੂਆ ਜੀ ਨੂੰ ਜ਼ਿਆਦਾ ਜਾਣਦੇ ਸੋ ਮੈਂ ਵੀ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗਾ ਮੈਂ ਵੀ ਤੁਹਾਡੀ ਮੁਲਾਕਾਤ ਕਰਾਉਂਗਾ ਬਿੱਬੋ ਪੂਆ ਜੀ ਨਾਲ ਤੇ ਹਾਸਾ ਹਾਸੇ ਸੁਣਾਉਣ ਵਾਲੀਆਂ ਗੱਲਾਂ ਤੇ ਜ਼ਿੰਦਗੀ ਦੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਹੰਡੀਆਂ ਹੋਈਆਂ ਹਰਕਤਾਂ ਦੀਆਂ ਗੱਲਾਂ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਬਿੱਬੋ ਸਾਡਾ ਨਾਮ ਜੁਨੇ ਬਿੱਪੂਆ ਸਭ ਤੋਂ ਪਹਿਲਾਂ ਸਵਾਗਤ ਹੈ ਪੰਜਾਬ ਨੂੰ ਤੇ ਤੁਹਾਡਾ ਆਾ ਤੁਹਾਡਾ ਵੀ ਭਾਈ ਸਵਾਗਤ ਹੈ ਸਾਡੇ ਘਰੇ ਆਉਣ ਤੇ ਸਾਡੇ ਘਰੇ ਚਾਹ ਪੀਣ ਤੇ ਰੋਟੀ ਖਾਣ ਤੇ ਤੇ ਸਾਡੇ ਬਿਸਕਟ ਵੀ ਤੁਸੀਂ ਖਾਧਿਆ ਤੇ ਮੈਨੂੰ ਖੁਸ਼ੀ ਹੋਈ ਆ ਵੀ ਤੁਸੀਂ ਸਾਡੇ ਬਿਸਕਟ ਖਾਦੇ ਮੈਂ ਕੱਲ ਦੀ ਗੱਲ ਦੱਸਦੀ ਆ ਇਹ ਬਿਸਕਟ ਸੀਗੇ ਜਿਹੜੇ 2-3 ਮਹੀਨੇ ਹੋ ਗਏ ਪਏ ਸੀਗੇ ਤੇ ਮੈਂ ਕੱਲ ਕੁੱਤੇ ਨੂੰ ਪਾਏ ਉਹਨੇ ਖਾਦੇ ਨਹੀਂ ਤੁਸੀਂ ਖਾ ਗਏ ਫਾਇਦਾ ਹੋ ਗਿਆ ਮੇਰਾ ਤੁਹਾਡੇ ਨਾਲ ਆਉਣ ਨੂੰ ਹਾਂ ਬਹੁਤ ਖੁਸ਼ ਆ ਮੈਂ ਅੱਜ ਤੁਸੀਂ ਸਾਡੇ ਘਰੇ ਆਇਓ ਤੇ ਅਮਨ ਵੀ ਵਿਚਾਰਾ ਆਇਆ ਹਨਾ ਸਾਰੇ ਆਇਓ ਤੇ ਖੁਸ਼ੀ ਵਾਲੀ ਗੱਲ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਤਾਂ ਯਾਰ ਇਹ ਗੱਲ ਸ਼ੁਰੂਆਤ ਕਰਨੀ ਸੀਗੀ ਪੂਆ ਨੇ ਤਾਂ ਪਹਿਲੇ ਹੀ ਮੇਰੇ ਤੇ ਤਵਾ ਜੜਦਾ ਪੂਆ ਫਿਰ ਚਲੋ ਗੱਲਾਂ ਬਾਤਾਂ ਵਿੱਚ ਸ਼ੁਰੂਆਤ ਕਰਨੀ ਸੀ ਤੁਸੀਂ ਤਾਂ ਪਹਿਲੇ ਹੀ ਸ਼ੁਰੂਆਤ ਕਰ ਦਿੱਤੀ ਮੇਰੇ ਖਿਆਲ ਨਾਲ ਫੁੱਲ ਫਾਰਮ ਦੇ ਵਿੱਚ ਆਏ ਹੋਏ ਹੋਏਗੇ ਹਾਂ ਪਹਿਲਾਂ ਤਾਂ ਮੈਂ ਪੁੱਛੂੰਗਾ ਪੂਆ ਵੋਟਾਂ ਦਾ ਟਾਈਮ ਲੰਘ ਕੇ ਹਟਿਆ ਗਿਆ ਹੁਣ ਹਨਾ ਵੋਟਾਂ ਦੇ ਵਿੱਚ ਰੌਣਕ ਮੱਲੇ ਲੱਗੇ ਹੋਏ ਸੀਗੇ ਇਹ ਗੱਡੀਆਂ ਪਤਾ ਨਹੀਂ ਕਿੰਨੇ ਕੁ ਲੋਕ ਫਿਰਦੇ ਸੀਗੇ ਤੇ ਹੁਣ ਆਪ ਵਾਲੀ ਦੀ ਸਰਕਾਰ ਆ ਗਈ ਭਗਵੰਤ ਮਾਨ ਦੀ ਸਰਕਾਰ ਆ ਗਈ ਕਿਵੇਂ ਲੱਗਦਾ ਕਰੂ ਕੰਮ ਕੋਈ ਆਪਣੇ ਕਿ ਨਹੀਂ ਕਰੂ ਮੇਰੇ ਮੇਰੇ ਆਪ ਦੇ ਕੰਮ ਨਹੀਂ ਲੋਕਾਂ ਦੇ ਕਰਦੇ ਉਹੀ ਵਾਦੂ ਨੇ ਭਾਈ ਹਾਂ ਆਪਾਂ ਤਾਂ ਕਹਿ ਰਿਹਾ ਜਿਹੜੇ ਵਾਦੇ ਕੀਤੇ ਨੇ ਦੇਖ ਬਿਜਲੀ ਮਾਫ ਕਹਿੰਦੇ ਨੇ ਕਰੂ ਕਰਨਗੇ ਉਹ ਕਰ ਦੇਣਾ ਪਿਲ ਸਨਾ ਵਧਾ ਦੇਣਾ ਜਿਹੜੇ ਸਾਡੇ ਮੁੰਡੇ ਵਿਹਲੇ ਫਿਰਦੇ ਨੇ ਉਹਨਾਂ ਨੂੰ ਕੰਮਾਂ ਤੇ ਲਾ ਦੇਣਾ ਤੇ ਭਾਈ ਮੈਂ ਤਾਂ ਇੱਕ ਬੇਨਤੀ ਕਰਦੀ ਆਂ ਭਗਵੰਤ ਵੀ ਕੈਪਟਨ ਵਾਲੀ ਨਾ ਕਰਦੀ ਹਲੇ ਤੱਕ ਸਾਡੇ ਮੁੰਡੇ ਫੋਨ ਡਿੱਕੀ ਜਾਂਦੇ ਆ ਹੈ ਹੋਰ ਤੇ ਭਾਈ ਕੰਮ ਕਰੀ ਹੋਰ ਕਿਤੇ ਤੂੰ ਵੀ ਹੈ ਮਸਲੇ ਹੱਲ ਨਾ ਕਰਦਾ ਰਹੀ ਤੂੰ ਵੀ ਕਹਿੰਦੀ ਤੈਨੂੰ ਪਤਾ ਹੀ ਹੈ ਤੂੰ ਸਮਝਦਾਰ ਆ ਰੀਆਂ ਬਹੁਤ ਸਮਝਦਾਰ ਮੁੰਡਾ ਤੇ ਜਿਹੜੇ ਵਾਦੇ ਕੀਤੇ ਨੇ ਉਹ ਸਾਰੇ ਕਰਦੇ ਆਂ ਆਪਾਂ ਪੂਰੇ ਤੇ ਅੱਜ ਭਗਵੰਤ ਮਾਨ ਨੇ ਸੌ ਚੁੱਕੀ ਆ ਹਨਾ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਮੈਨੂੰ ਤਾਂ ਖੁਸ਼ੀ ਆ ਵੀ ਸਾਡਾ ਮੁੰਡਾ ਮੁੱਖ ਮੰਤਰੀ ਬਣ ਗਿਆ ਹਾਂ ਮੈਨੂੰ ਤਾਂ ਬੜੀ ਖੁਸ਼ੀ ਆ ਹੋਰ ਫਿਲਮਾਂ ਦਾ ਗੱਲ ਕਰ ਲਈ ਹਨਾ ਫਿਲਮਾਂ ਦੇ ਵਿੱਚ ਤੋਂ ਦੇ ਬਣਾਉਣੇ ਹੋਗੇ ਤੁਸੀਂ ਅੱਜ ਕੱਲ ਤਾਂ ਬਾਈ ਭਾਨੇ ਸਿੱਧੂ ਹੁਣੀਆਂ ਨਾਲ ਨਾ ਪੰਨਾ ਪਘੋੜਾ ਜੀ ਨਾਲ ਤੁਹਾਡੀ ਟੀਮ ਬਣੀ ਹੋਈ ਆਗੀ ਵਧੀਆ ਲੋਕਾਂ ਦੇ ਵਿੱਚ ਇੱਕ ਚੰਗੀ ਮੈਸੇਜ ਦੇਣ ਵਾਲੀਆਂ ਫਿਲਮਾਂ ਕਰਦੇ ਹੋਗੇ ਸਪੈਸੀ ਦੇ ਨਾਲ ਸਕਿੱਟ ਕਰਦੇ ਹੋਗੇ ਫਿਰ ਭੂਆ ਕਿਵੇਂ ਕਿਵੇਂ ਪਤਾ ਲੱਗਿਆ ਵੀ ਮੈਂ ਇਹ ਇਹ ਫੀਲਡ ਵੱਲ ਜਾ ਸਕਦੀ ਆਂਗੀ ਜਾਂ ਫਿਰ ਮੈਂ ਇਸ ਫਿਲਮਾਂ ਵਾਲੇ ਕਰੀਅਰ ਦੇ ਵਿੱਚ ਜਾ ਸਕਦੀ ਆਂ ਦੇਖੋ ਪਹਿਲੇ ਤਾਂ ਗੱਲ ਆ ਵੀ ਅਸੀਂ ਛੋਟੇ ਹੁੰਦੇ ਮਤਲਬ ਪ੍ਰੋਗਰਾਮ ਕਰਦੇ ਹੁੰਦੇ ਸੀ ਵਿਆਹਾਂ ਸ਼ਾਦੀਆਂ ਚ ਹੋ ਗਿਆ ਆਰਕੈਸਟਰ ਵਾਲਿਆਂ ਨਾਲ ਉਦੋਂ ਆਦੇ ਫਿਲਮਾਂ ਚ ਆਉਣ ਲੱਗ ਗਏ ਫਿਲਮਾਂ ਚ ਮੈਨੂੰ ਲੋਕਾਂ ਨੇ ਪਸੰਦ ਕੀਤਾ ਕਹਿੰਦੇ ਭੂਆ ਸਾਈਕਲ ਚਲਾਉਂਦੀ ਆ ਕਦੇ ਮੋਟਰਸਾਈਕਲ ਚਲਾਉਂਦੀ ਆ ਕਦੇ ਗਹਾਰੇ ਤੇ ਚੜ ਜਾਂਦੀ ਆ ਤੇ ਉਹ ਲੋਕਾਂ ਨੇ ਗੱਲਾਂ ਪਸੰਦ ਕੀਤੀਆਂ ਮੇਰੀਆਂ ਤੇ ਮੈਨੂੰ ਪਿਆਰ ਕੀਤਾ ਦੇ ਸਭ ਦੇ ਸੱਚ ਦੇਖਣ ਲੱਗ ਗਏ ਆਪਦੇ ਵਿਆਹਾਂ ਸ਼ਾਦੀਆਂ ਚ ਬਰੌਂਦੇ ਬਸ ਉੱਥੇ ਹੀ ਲੋਕ ਪਿਆਰ ਕਰਨ ਲੱਗ ਗਏ ਸਾਨੂੰ ਸਾਡੀਆਂ ਗੱਲਾਂ ਨੂੰ ਹਾਂ ਜਦੋਂ ਮੇਲਿਆਂ ਦੇ ਵਿੱਚ ਜਾਣੇ ਹੋਣਾ ਤੁਸੀਂ ਮੈਂ ਦੇਖਦਾ ਲਾਈਵ ਸ਼ੋਅ ਜਾਦੇ ਲਾਉਣੇ ਹੋਣਾ ਜਿਵੇਂ ਨੁੱਕੜ ਨੁੱਕੜ ਤੇ ਹੋ ਗਿਆ ਨਾ ਪਿੰਡਾਂ ਦੇ ਵਿੱਚ ਜਾ ਕੇ ਫਿਰ ਉੱਥੇ ਜਦੋਂ ਮਿਲਦੇ ਹੋਗੇ ਫਿਰ ਕੋਈ ਅਜੀਹਾ ਕਿੱਸਾ ਹੋਇਆਗਾ ਵੀ ਕੋਈ ਕੋਈ ਜਿਵੇਂ ਬੁੜੀਆਂ ਹੁੰਦੀਆਂ ਨੇ ਕਿ ਹਣਾ ਫੱਥਾਂ ਦੇ ਵਿੱਚ ਬੁੜੀਆਂ ਬੈਠੀਆਂ ਹੁੰਦੀਆਂ ਨੇ ਜਾਂ ਬਜ਼ੁਰਗ ਬੈਠੇ ਤੁਹਾਨੂੰ ਸੱਚੀ ਵੀ ਬੁੜੀ ਮੰਨ ਲਿਆ ਹੋਵੇ ਵੀ ਹਾਂ ਇਹ ਤਾਂ ਸੱਚੀ ਬੁੜੀ ਹੈ ਤੇਰਾ ਦੁੱਖ ਸੁੱਖ ਸਾਂਝੇ ਕਰਨ ਲੱਗ ਗਿਆ ਹੁਣ ਅਜੀਹਾ ਵਾਕਿਆ ਹੋਇਆ ਕੋਈ ਹਾਂ ਇਹੋ ਜਿਹੇ ਵਾਕਏ ਤਾਂ ਬਾਹਲੇ ਹੁੰਦੇ ਨੇ ਕਈ ਜਿਹੜੇ ਬੁੜੇ ਤੁਹਾਨੂੰ ਪਤਾ ਹੀ ਹੁੰਦੇ ਠਰਕੀ ਜੇ ਹੁੰਦੇ ਨੇ ਤੇ ਉਹ ਠਰਕਪੂਰ ਲੱਗ ਜਾਂ ਕਹ ਦੇਣਗੇ ਵੀ ਤੇਰਾ ਵਿਆਹ ਹੋਇਆ ਮੈਂ ਕਹਦੀ ਨਹੀਂ ਆ ਨਹੀਂ ਮੇਰਾ ਤਾਂ ਵਿਆਹ ਨਹੀਂ ਹੋਇਆ ਤੂੰ ਦੱਸ ਕਰਾਉਣਾ ਅਗਲਾ ਰਾਜੀ ਵੀ ਹੋ ਜਾਂਦਾ ਕਈ ਤੇ ਇੱਕ ਹੋਰ ਗੱਲ ਆ ਕੇ ਰਾਸੀ ਪ੍ਰੋਗਰਾਮ ਤੇ ਭਾਗੇ ਉੱਥੇ ਜਦੋਂ ਸੀ ਪ੍ਰੋਗਰਾਮ ਕਰਤਾ ਜਾਗੋ ਦਾ ਤੇ ਉਹ ਕੁੜੀਆਂ ਨੂੰ ਪਤਾ ਨਹੀਂ ਲੱਗਿਆ ਮੇਰੇ ਬਾਰੇ ਤੇ ਉਹਨਾਂ ਨੂੰ ਐ ਹੀ ਹੋਇਆ ਵੀ ਤਾਂ ਬੁਢੀ ਐ ਜਦੋਂ ਉਹਨਾਂ ਨੂੰ ਬਾਅਦ ਚੋ ਫਿਰ ਪਤਾ ਲੱਗਿਆ ਵੀ ਇਹ ਮੁੰਡਾ ਫਿਰ ਕਹਨ ਹਾਂ ਹਾਂ ਮਤਲਬ ਐਡਾ ਦੀਆਂ ਗੱਲਾਂ ਹੋ ਜਾਂਦੀਆਂ ਨੇ ਉਹ ਕੈਮਰੇ ਤੇ ਮੈਂ ਦੱਸ ਨਹੀਂ ਸਕਦੀ ਤੁਸੀਂ ਆਪ ਹੀ ਸਮਝ ਗਏ ਮੇਰਾ ਸਾਰਾ ਤੇ ਲੋਕ ਮਤਲਬ ਉਹ ਕੁੜੀਆਂ ਬੁੜੀਆਂ ਵਿਚਰੀਆਂ ਜੱਫੀਆਂ ਪਾ ਕੇ ਮਿਲਦੀਆਂ ਨੇ ਤੇ ਉਹਵੇਂ ਹੀ ਮਿਲਦੀਆਂ ਨੇ ਜਿਵੇਂ ਉਹਨਾਂ ਨੂੰ ਆਏ ਹੁੰਦਾ ਵੀ ਇਹ ਤਾਂ ਲੇਡੀ ਲੇਡੀ ਜ ਹੈ ਉਹ ਤਾਂ ਹੈ ਨਹੀਂ ਪਤਾ ਵੀ ਲੱਡਾ ਹੈ ਬੋ ਫਿਰ ਮੈਂ ਇਸ ਦੇ ਨਾਲ ਹੀ ਤੁਹਾਨੂੰ ਪੁੱਛਦਾ ਸਿਆਸਤ ਦੇ ਨਾਲ ਜੁੜਦਾ ਸਵਾਲ ਪੁੱਛੂੰਗਾ ਨਾ ਪ੍ਰਕਾਸ਼ ਬਾਦਲ ਜੀ ਨੇਗੇ ਸਾਡੇ ਨਾ ਅਕਾਲੀ ਦਲ ਦੇ ਪਹਿਲਾ ਮੁਖੀ ਰਹੇ ਨੇਗੇ ਨਾ ਸੀਐਮ ਵੀ ਰਹੇ ਨੇਗੇ ਕਹਿਆ ਜਾ ਰਿਹਾ ਸੀ ਕਹਿੰਦੇ ਪ੍ਰਕਾਸ਼ ਬਾਦਲ ਇੱਕ ਅਜਿਹਾ ਥੰਮ ਹੈ ਜਿਸ ਨੂੰ ਹਿਲਾਉਣਾ ਮੁਸ਼ਕਿਲ ਤਾਂ ਨਹੀਂ ਨਾ ਮੁਮਕਿਨ ਹੀ ਹੈਗਾ ਉਹ ਪਰ ਉਹ ਥੰਮ ਵੀ ਮੈਂ ਕਿਹਾ ਹੁਣ ਡਿੱਗ ਗਿਆ ਮੇਰੇ ਖਿਆਲ ਨਾਲ ਤੈਨੂੰ ਸਭ ਤੋਂ ਜ਼ਿਆਦਾ ਕਿਉਂਕਿ ਤੇਰੇ ਹਾਮ ਉਮਰ ਦੇ ਸੀਗੇ ਹੁਣ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਅਫਸੋਸ ਤੈਨੂੰ ਪ੍ਰਕਾਸ਼ ਬਾਦਲ ਜੀ ਦੇ ਹਾਰ ਦਾ ਲੱਗਦਾ ਹਾਂ ਮੈਨੂੰ ਤਾਂ ਪਾਈ ਸਾਦਮਾ ਲੱਗ ਗਿਆ ਤੇ ਦੋ ਤਿੰਨ ਦਿਨ ਮੈਂ ਤਾਂ ਰਾਤ ਨੂੰ ਸੁਪਨੇ ਚ ਉੱਠਦੀ ਰਹੀ ਵੀ ਇਹ ਹੋ ਕੀ ਗਿਆ ਪਰ ਇੱਕ ਲੋਕ ਨੇ ਇਹ ਲੋਕ ਜਦੋਂ ਲੋਕਾਂ ਦੀ ਢੇਰੀ ਚੱਲਦੀ ਆ ਉਦੋਂ ਤਾਂ ਵੱਡੇ ਵੱਡੇ ਦਰਾਖਤ ਸੰਭ ਸਾਰਾ ਕੁਝ ਡਿੱਗ ਪੈਂਦਾ ਬਾਕੀ ਲੋਕ ਸਿਆਣੇ ਬਹੁਤ ਨੇ ਤੇ ਜਿਹੜੇ ਹੁਣ ਲੋਕਾਂ ਨੂੰ ਬੁੱਧੂ ਨਹੀਂ ਬਣਾਇਆ ਜਾਂਦਾ ਲੋਕ ਸਭ ਜਾਣਦੇ ਆ ਹਾਂ ਤੇ ਮੈਨੂੰ ਦੁੱਖ ਤਾਂ ਬਹੁਤ ਹੋਇਆ ਵੀ ਪ੍ਰਕਾਸ਼ ਬਾਦਲ ਹਾਰ ਗਿਆ ਪਰ ਹਰਾਉਣ ਵਾਲੇ ਲੋਕ ਨੇ ਲੋਕਾਂ ਦੀ ਤਾਕਤ ਵੱਡੀ ਆ ਬਿਲਕੁਲ ਉਹ ਫਿਰ ਫਿਲਮਾਂ ਦੇ ਵਿੱਚ ਜਾਣਦੇ ਤੁਸੀਂ ਹਣਾ ਸ਼ੂਟਿੰਗਾਂ ਤੇ ਵੀ ਜਾਣਦੇ ਹੋ ਦੂਰ ਦੂਰ ਲੋਕ ਤੁਹਾਨੂੰ ਬੁਲਾਉਂਦੇ ਨੇਗੇ ਪਰ ਕੋਈ ਕੋਈ ਫਿਲਮ ਦਾ ਅਜਿਹਾ ਕਿੱਸਾ ਸ਼ੂਟ ਚੱਲ ਰਿਹਾ ਹੋਵੇ ਤੁਹਾਡੇ ਨਾਲ ਕੋਈ ਕੋਈ ਅਜਿਹਾ ਕਿੱਸਾ ਹੋਇਆ ਹੋ ਜਿਹੜਾ ਤੁਹਾਨੂੰ ਹਮੇਸ਼ਾ ਯਾਦ ਰਹਿੰਦਾ ਹੋਵੇ ਜਾਂ ਫਿਰ ਯਾਰ ਮੈਂ ਕੋਈ ਸ਼ੂਟ ਤੇ ਗਈ ਸੀਗੀ ਉਹ ਸ਼ੂਟ ਦੇ ਉੱਤੇ ਮੈਨੂੰ ਕਿਸੇ ਨੇ ਦੇਖ ਕੇ ਇਹ ਮੈਨੂੰ ਮੇਰੇ ਤੇ ਕੋਈ ਕਮੈਂਟ ਕੀਤਾ ਸੀਗਾ ਜਾਂ ਫਿਰ ਮੈਨੂੰ ਕੋਈ ਗੱਲ ਕਹੀ ਸੀਗੀ ਕੋਈ ਅਜਿਹੀ ਗੱਲ ਦਿਮਾਗ 'ਚ ਹੈ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋਗੇ ਹਾਂ ਤੇ ਹੁਣ ਬਹੁਤ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਬਹੁਤ ਲੋਕਾਂ ਨੂੰ ਤਾਂ ਇਹ ਆ ਵੀ ਇਹ ਲੇਡੀਜ਼ ਹੈ ਹਨਾ ਤੇ ਲੋਕ ਬੁੜੇ ਮਤਲਬ ਬੁੜੀਆਂ ਦੇਖਣ ਆਲੀ ਆਉਂਦੇ ਨੇ ਪਿਆਰ ਆ ਇਕੱਠ ਕਰਦੇ ਆ ਸਾਨੂੰ ਬੁਲਾਉਂਦੇ ਆ ਤੇ ਹੁਣ ਜਿਵੇਂ ਆ ਮੇਰਾ ਨਾਲਾ ਅੱਛਾ ਹੈ ਕਈ ਲੋਕ ਤਾਂ ਇਹ ਕਹਿਣਗੇ ਮੈਨੂੰ ਵੀ ਆ ਜਿਹੜੀ ਬੁੜੀ ਆ ਇਹਨੂੰ ਕਹਦੇ ਵੀ ਤੇਰਾ ਨਾਲਾ ਲੰਕੀ ਜਾਂਦਾ ਵੀ ਉਹੀ ਨਾਲਾ ਮੈਂ ਕਹਦੀ ਆ ਭਾਈ ਇਹ ਮੇਰਾ ਨਾਲਾ ਨਹੀਂ ਇਹ ਤਾਂ ਮੇਰਾ ਟਾਵਰ ਹੈ ਜਿਵੇਂ ਮੁਗਲੈਲ ਫੋਨ ਦਾ ਨੈਟਵਰਕ ਬਣਦਾ ਉਵੇਂ ਨੈਟਵਰਕ ਹੁੰਦਾ ਫੋਨ ਦਾ ਮੋਬਾਈਲ ਦਾ ਉਵੇਂ ਮੇਰੇ ਇਹਦਾ ਨਾ ਨੈਟਵਰਕ ਬਣਦਾ ਹਾਂ ਤੇ ਇੱਕ ਗੱਲ ਹੋਰ ਆ ਤੇ ਬਾਦਲ ਦੀ ਗੱਲ ਕੀਤੀ ਆ ਤੇ ਮੈਂ ਤਾਂ ਬਾਦਲ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਵਿਚਾਰੇ ਨੂੰ ਕਿਤੇ ਹੋਰ 7-8 ਸਤਵਾਂ ਸੁਦਮਹੀਨੇ ਲੱਗ ਜੇ ਵੀ ਚਲ ਜੇ ਮੇਰੇ ਨਾਲ ਵਿਆਹ ਹੋ ਜੇ ਬਾਦਲ ਦਾ ਵੱਡੇ ਦਾ ਤੇ ਉਹ ਵਿਚਾਰਾ ਖੁਸ਼ ਰਹੇ ਲੱਗ ਜੂ ਨਹੀਂ ਕਿਤੇ ਤੁਹਾਨੂੰ ਪਤਾ ਹੀ ਉਮਰ ਉਹਦੀ ਵੀ ਜਾਦੇ ਆ ਮੇਰੀ ਵੀ ਜਾਦੇ ਆ ਤੇ ਹੋਰ ਬਸ ਜਿਹੜਾ ਕੁਝ ਕਹਿਣਾ ਚਾਹਣੇ ਕਿਤੇ ਹੋਰ ਹੀ ਨਾ ਹੋ ਜਾਏ ਕੁਝ ਹਾਂ ਬਬੂ ਆਪਰ ਉਹ ਤੇ ਉਮਰੀ ਮੇਖਾਣਾ ਹੁਣ ਜਮਾ ਲਵੇ ਲੱਗੇ ਪਿਆ ਹੈ ਹਨ ਜਿਵੇਂ ਕਹੇ ਨਹੀਂ ਹੁੰਦਾ ਕਹਿੰਦੇ ਜਦੋਂ ਵੋਟਾਂ ਮੰਗਣਾ ਆਉਂਦਾ ਸੀ ਉਦੋਂ ਵੀ ਦੋ ਜਾਨੇ ਫੜਕੇ ਲੈ ਕੇ ਆਉਂਦੇ ਸੀਗੇ ਵਿਆਹ ਵਿਆਹ ਵਾਲਾ ਗੱਲ ਹਾਜਮ ਜੀ ਨਹੀਂ ਹੋਈ ਹੈ ਕਿ ਤੈਨੂੰ ਲੱਗਦਾ ਵੀ ਵਿਆਹ ਕਰਾ ਕੇ ਟਿਕ ਪੋ ਵੇ ਗੱਲਾਂ ਆ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਨਾ ਉਹ ਤਾਂ ਜਵਾਨੀ ਚੜ ਜਾਂਦੀ ਹੈ ਜਦੋਂ ਮੇਰੇ ਨਾਲ ਵਿਆਹ ਛੋ ਗਿਆ ਉਹਦਾ ਫਿਰ ਦੁਬਾਰੇ ਜਵਾਨੀ ਚੜ ਜੂ ਹਾਂ ਆ ਉਹਦਾ ਦੁੱਖ ਭਲ ਜੂਗਾ ਹਾਂ ਭੂਆ ਮੈਂ ਚਾਹੂੰਗਾ ਨਾ ਹੁਣ ਆਪਾਂ ਚਲੋ ਗੱਲਾਂ ਬਾਤਾਂ ਕਰੀਏ ਨੇ ਕੋਈ ਇੱਕ ਡਾਇਲੋਗ ਤੁਹਾਡੇ ਕੋਈ ਫਿਲਮ ਦਾ ਹੈ ਨਾ ਜਿਹੜਾ ਤੁਹਾਡੇ ਅਕਸਰ ਯਾਦ ਆਉਂਦਾ ਉਹ ਜਾਂ ਫਿਰ ਸਟੇਜਾਂ ਦੇ ਉੱਤੇ ਡਿਮਾਂਡ ਆਉਂਦੀ ਰਹੀ ਹੋਵੇ ਭੂਆ ਯਾਰ ਬਿਤਰ ਉਹ ਡਾਇਲੋਗ ਇੱਕ ਸਿਰਫ ਫਿਲਮ ਚ ਡਾਇਲੋਗ ਐਸੀ ਉਹ ਬੜਾ ਵਧੀਆ ਲੱਗਿਆ ਤੁਹਾਨੂੰ ਡਾਇਲੋਗ ਸੁਣਾ ਕੋਈ ਜਿਹੜਾ ਡਾਇਲੋਗ ਮੈਂ ਚਾਹੂੰਗਾ ਇੱਕ ਸਾਡੇ ਦਰਸ਼ਕਾਂ ਦੇ ਨਾਲ ਵੀ ਸਾਂਝਾ ਕਰ ਹਾਂ ਮ ਤੇਰਾ ਫੁੱਫੜ ਆ ਗਿਆ ਹਰਦੀਪ ਮੇਰੇ ਕੋਲੇ ਹਾਂ ਹਾਂ ਮੈਨੂੰ ਕਹਿੰਦਾ ਭਗਵਾਨ ਨੇ ਸਰਕਾਰ ਨੇ ਸਕੀਮ ਚਲਾਈ ਐ ਮੈਂ ਕਿਹਾ ਜੀ ਕੀ ਕਹਿੰਦਾ ਜਿਹਦੇ 5 ਜਵਾਕ ਨੇ ਉਹਨੂੰ ਗਵਰਨਮੈਂਟ ਨਾਲੇ ਦਊਗੀ ਕਾਰ ਨਾਲੇ ਦਊਗੀ ਕੋਠੀ ਮੈਂ ਕਿਹਾ ਜੀ ਆਪਣੇ ਤਾਂ 2 ਜਵਾਕ ਹੀ ਨੇ ਕਹਿੰਦਾ ਫਿਕਰ ਨਾ ਕਰ ਜਿਹੜੇ ਗਵਾਂਡੀਆਂ ਵਾਲੇ 3 ਜਵਾਕ ਨੇ ਉਹ ਮੇਰੇ ਹੀ ਨੇ ਮੈਂ ਤੇਤੋਂ ਗੱਲ ਦਾ ਲਕੋ ਰੱਖਿਆ ਆਪਾਂ ਹੁਣੇ ਪੂਰੇ ਕਰ ਲੈਨੇ ਆ ਜਦੋਂ ਤੇਰਾ ਫੁੱਫੜ ਗਵਾਂਡੀਆਂ ਵਾਲੇ ਜਵਾਕ ਲੈ ਕੇ ਘਰੇ ਆਇਆ ਮੈਨੂੰ ਕਹਿੰਦਾ ਭਗਵਾਨ ਨੇ ਆਪਣੇ 2 ਕਿੱਥੇ ਨੇ ਮੱਖ ਜਿਹਦੇ ਹੈਗੇ ਸੀ ਉਹ ਵੀ ਲੈ ਗਿਆ ਕੀ ਬਾਤ ਹੈ ਕੀ ਬਾਤ ਹੈ ਫਿਰ ਜੇ ਇਹ ਬਈ ਇਹ ਗੱਲਾਂ ਯਾਦ ਕਿਵੇਂ ਆਉਂਦੇ ਨੇ ਹੈ ਗੱਲਾਂ ਬਣਾਉਂਦੇ ਕਿਵੇਂ ਫਿਰ ਖੁਦ ਹੀ ਲਿਖ ਦਿਓ ਜਾਂ ਫਿਰ ਇਹ ਗੱਲਾਂ ਤੇ ਲੋਕਾਂ ਦੇ ਵਿੱਚੋਂ ਇੱਕ ਕਮੈਂਟ ਚੱਕ ਦਿਓਗੇ ਮਤਲਬ ਇਹ ਤਾਂ ਗੱਲਾਂ ਲੋਕਾਂ ਤੋਂ ਹੀ ਬਣ ਜਾਂਦੀਆਂ ਨੇ ਜਿਵੇਂ ਅਸੀਂ ਕਮੇਡੀ ਫਿਲਮਾਂ ਬਣਾਉਨੇ ਆਗੇ ਸਾਡੇ ਨਾਲ ਭਾਨਾ ਭਗਾਉੜਾ ਪਹਾਨਾ ਸਿੱਧੂ ੂਟੋ ਸਾਡੀ ਸਾਰੀ ਟੀਮ ਆਮਨਾ ਚੇਅਰਮੈਨ ਤੇ ਅਸੀਂ ਸਾਰੇ ਇਕੱਠੇ ਹੋ ਕੇ ਲਿਖਦੇ ਆ ਜਿੰਨੀਆਂ ਵੀ ਇੱਕ ਕਵੈਡੀ ਫਿਲਮਾਂ ਨੇ ਸਾਰੀਆਂ ਪਹਾਨਾ ਪਕੌੜਾ ਮਿੰਟੂ ਜੱਟੀ ਲਿਖਦਾ ਤੇ ਬਾਕੀ ਅਸੀਂ ਇਦਾਂ ਹੀ ਲੋਕਾਂ ਚੋਂ ਹੀ ਗੱਲਾਂ ਬਣਾ ਲੈਨੇ ਆ ਜਾਂ ਲੋਕ ਸਾਨੂੰ ਗੱਲਾਂ ਦੱਸ ਦਿੰਦੇ ਨੇ ਉਹਨੂੰ ਹੀ ਵਧਾ ਲੈਨੇ ਆ ਅੱਗੇ ਤੇ ਲੋਕਾਂ ਅਸੀਂ ਮੈਸੇਜ ਦਿੰਨੇ ਆ ਜੇ ਮੈਂ ਕਿਸਾਨੀ ਅੰਦੋਲਨ ਚ ਲਿਆ ਉਦੋਂ ਆ ਰਾਜਨੀਤੀ ਕਿਤੇ ਹੁਣ ਬਣਾ ਰਿਆਂ ਮਤਲਬ ਇਦਾਂ ਹੀ ਬਣਾਈ ਜਾਂਦੇ ਆ ਰੋਕ ਹੱਸਦੇ ਨੇ ਲੋਕ ਅੱਜਕੱਲ ਟੈਨਸ਼ਨ ਚ ਨੇ ਹੱਸਣਾ ਚਾਹੁੰਦੇ ਨੇ ਬਸ ਵੀ ਕਿਸੇ ਤਰੀਕੇ ਨਾਲ ਹੱਸੀਏ ਬਿਲਕੁਲ ਭਾਈ ਪੂਆ ਫਿਰ ਮੈਨੂੰ ਪਹਿਲਾਂ ਤਾਂ ਇਹ ਨਹੀਂ ਸਮਝ ਲੱਗ ਰਿਹਾ ਮੈਂ ਕੀ ਕਹਾਂ ਹਣਾ ਤੁਹਾਨੂੰ ਕਿਵੇਂ ਉਲਝ ਜਾ ਰਿਆਂਗੇ ਬਾਰ ਬਾਰ ਪੂਆ ਫਿਰ ਮੈਂ ਤੁਹਾਨੂੰ ਹੁਣ ਮੇਰਾ ਇਹ ਸਵਾਲ ਇੱਕ ਹੀ ਹੋਊਗਾ ਜਿਵੇਂ ਨਾ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋਗੇ ਨਾ ਲੋਕਾਂ ਦੇ ਵਿੱਚ ਵਿਚਰਦੇ ਹੋਗੇ ਸਟੇਜਾਂ ਦੇ ਉੱਤੇ ਵੀ ਸ਼ੋਅ ਲਾਉਣੇ ਹੋਗੇ ਅਕਸਰ ਜਿਆਦਾ ਡਿਮਾਂਡ ਕਿਹੜੀ ਚੀਜ਼ ਦੀ ਆਉਂਦੀ ਹੈਗੀ ਤੁਹਾਡੇ ਤੋਂ ਬੀਬੂਪੂ ਵਾਲੇ ਕੈਰੈਕਟਰ ਦੀ ਕਹਿੰਦੇ ਨੇ ਜਾਂ ਫਿਰ ਕਹਿੰਦੇ ਤਰੋਝ ਬਣ ਕੇ ਗੱਲ ਕਰ ਕਿ ਕਿਹੜੇ ਕਿਹੜੇ ਕੈਰੈਕਟਰ ਦੀ ਜਿਆਦਾ ਡਿਮਾਂਡ ਆਉਂਦੀ ਹੈ ਲੋਕ ਬੀਬੂਪੂ ਵਾਲੇ ਕੈਰੈਕਟਰ ਨੂੰ ਵੀ ਪਿਆਰ ਕਰਦੇ ਆ ਇੱਕ ਮੇਰਾ ਕੈਰੈਕਟਰ ਹੁੰਦਾ ਭਾਨੇ ਦੇ ਘਰ ਵਾਲੀ ਵਾਲਾ ਤੇ ਐ ਮੂੰਹ ਜਿਹਾ ਬਿੰਗਾ ਕਰਕੇ ਹਾਂ ਉਹਨੂੰ ਵੀ ਬਹੁਤ ਲੋਕ ਪਿਆਰ ਕਰਦੇ ਆ ਮਤਲਬ ਇੱਕ ਜੋਗੀ ਵਾਲਾ ਕਰੈਕਟਰ ਆ ਉਹਨੂੰ ਵੀ ਬਲ ਹਰ ਕਰੈਕਟਰ ਨੂੰ ਪਿਆਰ ਕਰਦੇ ਆ ਇਹ ਜਿਹੜਾ ਬੀਬੋਪੂ ਵਾਲਾ ਕਰੈਕਟਰ ਆ ਕਿਉਂਕਿ ਇਹ ਨਾ ਸਾਡੇ ਪਿੰਡਾਂ ਦੇ ਵਿੱਚ ਹਰ ਇੱਕ ਜਿਹੜੀ ਵੱਧ ਬੋਲਣ ਵਾਲੀ ਬੁੜੀ ਆ ਉਹਨ ਲੋਕ ਬੀਬੋ ਪੂਆ ਹੀ ਕਹਿੰਦੇ ਨੇ ਹਾਂ ਤੁਹਾਨੂੰ ਜਿਆਦਾ ਪੂਆ ਜਿਵੇਂ ਪਿੰਡ ਹਰ ਇੱਕ ਪਿੰਡ ਦੇ ਵਿੱਚ ਤੁਹਾਡੇ ਵਰਗੀ ਇੱਕ ਮੇਹਾਨਾ ਬੀਬੋ ਪੂ ਬੈਠੀ ਆ ਗਈ ਹਰ ਇੱਕ ਪਿੰਡ ਦੇ ਵਿੱਚ ਕਿਉਂਕਿ ਆਪਾਂ ਪਿੰਡਾਂ ਦੀ ਜੇਕਰ ਗੱਲ ਕਰ ਲਈ ਹਰ ਇੱਕ ਪਿੰਡ ਦੇ ਵਿੱਚ ਇੱਕ ਅਲੱਗ-ਅਲੱਗ ਤਰ੍ਹਾਂ ਦੇ ਕੈਰੈਕਟਰ ਹੁੰਦੇ ਨੇ ਜਿਨ੍ਹਾਂ ਦੇ ਆਪਾਂ ਚਾਹੀਏ ਤਾਂ ਇੱਕ ਸਟੋਰੀ ਲਿਖ ਸਕਦੇ ਹੁੰਨੇ ਆਗੇ ਫਿਰ ਤੁਸੀਂ ਤਾਂ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋਵੋਗੇ ਤੁਹਾਨੂੰ ਕਹਿੰਦੇ ਤਾਂ ਹੋਣਗੇ ਯਾਰ ਵੀ ਇਹ ਤਾਂ ਸਾਡੇ ਪਿੰਡ ਦੀ ਉਹ ਬੁੜੀ ਵਰਗੀ ਆ ਗਈ ਜਮਾ ਉਹ ਪੂ ਪੂਆ ਤੁਹਾਨੂੰ ਮਿਲਕਣਾ ਲੱਗੇ ਸਾਡੀ ਉਹ ਬੁੜੀ ਸਾਨੂੰ ਚਿੱਤੇ ਆ ਗਈ ਜਿਵੇਂ ਜੇ ਕੋਈ ਗੁਜ਼ਰੀ ਵੀ ਹੋਵੇ ਐਵੇਂ ਫਿਰ ਤਾਂ ਜਿਵੇਂ ਅਸੀਂ ਸ਼ੂਟਿੰਗ ਕਰਦੇ ਆਂ ਕਹਿੰਦੇ ਨੇ ਆ ਸਾਡੇ ਪਿੰਡ ਦੀ ਬੀਬੋ ਭੂਆ ਹਾਂ ਇਹ ਤਾਂ ਦੋ ਹੀ ਬੀਬੋ ਭੂਆ ਇਕੱਠੀਆਂ ਹੋ ਗਿਆ ਇਹਨੂੰ ਵੀ ਨਾਲ ਹੀ ਲੈ ਜਾ ਫਿਲਮਾਂ 'ਚ ਹਾਂ ਇਹਨੂੰ ਵੀ ਨਾਲ ਹੀ ਲੈ ਜਾ ਮਤਲਬ ਲੋਕ ਬਹੁਤ ਪਿਆਰ ਕਰਦੇ ਆ ਰਿਸਪੈਕਟ ਕਰਦੇ ਆਗੇ ਮੈਂ ਨਾ ਕੇਰਾ ਉੱਥੇ ਗਈ ਘੁੰਮਣ ਲੋਕ ਮੈਨੂੰ ਪਛਾਣ ਵੀ ਲੈਂਦੇ ਨੇ ਉੱਥੇ ਸਿੰਗਾਪੁਰਾ ਸਿੰਗਾਪੁਰ ਜਦੋਂ ਮੈਂ ਗਈ ਉੱਥੇ ਰਾਤ ਨੂੰ ਸਾਨੂੰ ਮੁੰਡਾ 1 ਵਜੇ ਤੱਕ ਅੜੀਕਦਾ ਰਿਹਾ ਫਿਰ ਅਸੀਂ ਉਹਨੂੰ 1 ਵਜੇ ਤੱਕ ਮਿਲ ਕੇ ਆਏ ਫਿਰ ਉਹਨੇ ਸਾਡਾ ਮਾਨ ਸਤਿਕਾਰ ਦਿੱਤਾ ਸਾਨੂੰ ਕੱਪੜੇ ਲੈ ਕੇ ਦਿੱਤੇ ਸ਼ਾਪਿੰਗ ਕਰਵਾਈ ਮਤਲਬ ਲੋਕ ਬਹੁਤ ਜ਼ਿਆਦਾ ਪਿਆਰ ਹੈ ਜਿਹੜਾ ਉਹ ਕਰਦੇ ਆ ਸਾਨੂੰ ਆਪਣੇ ਘਰਾਂ ਚ ਬੁਲਾਉਂਦੇ ਨੇ ਵਿਆਹਾਂ ਚ ਬੁਲਾਉਂਦੇ ਨੇ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਉਹਨਾਂ ਨੂੰ ਘਰ ਤੋਂ ਜਾ ਵਾਇਆ ਘਰ ਦੇ ਵਿੱਚ ਤੁਹਾਡੇ ਮੰਮੀ ਪਾਪਾ ਹੋਣਗੇ ਹਨਾ ਤੁਹਾਡੀ ਫੈਮਲੀ ਆ ਗਈ ਤੁਹਾਡੀ ਵੀ ਘਰਾਂ ਦੇ ਵਿੱਚ ਅਕਸਰ ਦੇਖਿਆ ਜਾਵੇ ਤਾਂ ਨੋਕ ਚੋਕ ਚੱਲਦੀ ਰਹਿੰਦੀ ਹਨਾ ਥੋੜਾ ਮੋਟਾ ਜਿਵੇਂ ਹੁੰਦਾ ਭਾਂਡੇ ਖੜਕਦੇ ਹੀ ਰਹਿੰਦੇ ਆਗੇ ਫਿਰ ਘਰੇ ਜਦੋਂ ਮਾਤਾ ਨਾਲ ਕਿਤੇ ਮਾੜੀ-ਮੋਟੀ ਗੱਲ ਤਾਂ ਜਿਵੇਂ ਮਾਤਾ ਕੀਵਰ ਹੁੰਦੇ ਨਾ ਵੀ ਨਾਰਾਜ਼ ਹੋ ਜਾਂਦੇ ਵੀ ਪੁੱਤ ਉਹ ਆ ਤੂੰ ਕੀ ਕਰਤਾ ਜਾਂ ਫਿਰ ਆਹ ਕੱਪੜੇ ਕੋ ਸਿੱਟੇ ਪੈਣੇ ਨਾਰਾਜ਼ ਹੋ ਜਾਂਦੇ ਹੋਣਗੇ ਫਿਰ ਬੀਬੂ ਬੂਆ ਬਣ ਕੇ ਕਦੇ ਮਨਾਇਆ ਉਹਨਾਂ ਨੂੰ ਵੀ ਵੀ ਆਹ ਕਮੇਡੀ ਕਰਕੇ ਵੀ ਵੀ ਮੰਮੀ ਮੇਰੀ ਚੱਲ ਕੋਈ ਗੱਲ ਨਹੀਂ ਮੇਰੇ ਨਾਲ ਗੁੱਸੇ ਹੋ ਗਈ ਮੈਂ ਬੀਬੂ ਬੂਆ ਬਣ ਕੇ ਮਨਾਲਾ ਉਹਨੂੰ ਜਾਂ ਫਿਰ ਉਸ ਹਿਸਾਬ ਨਾਲ ਜਿਵੇਂ ਹੁਣ ਤੁਸੀਂ ਗੱਲਾਂ ਕਰ ਲਿਓਗੇ ਕਮੇਡੀ ਹਾਸੇ ਤਰੀਕੇ ਨਾਲ ਗੱਲਾਂ ਕਰਕੇ ਮਨਾਇਆ ਹੋਏ ਸਾਡੇ ਘਰ ਚ ਤਾਂ ਲੜਾਈ ਲੁੜੀ ਤਾਂ ਘੱਟ ਹੀ ਹੁੰਦੀ ਆ ਸਾਡੇ ਦਾ ਇੱਕ ਜਿਹੜਾ ਮਾਹੌਲ ਆ ਉਹ ਹਾਸੀ ਠੱਠਾ ਹੀ ਰਹਿੰਦਾ ਮੇਰੀ ਮੰਮੀ ਮੇਰੇ ਤੋਂ ਵੱਧ ਕਮੇਡੀ ਕਰਦੀ ਆ ਅੱਛਾ ਹੁਣ ਕਿਵੇਂ ਰੀਅਲ ਗੱਲ ਆ ਆਪਣੇ ਪਿੰਡ ਪੈਂਦਾ ਗੰਡੇ ਆਲਾ ਸਾਡੀ ਹੁੰਦੀ ਸੀ ਸਾਈਕਲਾਂ ਦੀ ਦੁਕਾਨ ਤੇ ਕੋਈ ਮੁੰਡਾ ਉੱਥੇ ਸਾਈਕਲਾਂ ਦੇ ਪੈਂਚਰ ਲਵਾਉਣ ਆਇਆ ਤੇ ਮੇਰਾ ਰੀਅਲ ਜਿਹੜਾ ਨਾਂ ਤਨੋਜ ਆ ਹਾਂ ਸਾਡੇ ਨਾ ਉੱਥੇ ਨਾਲਾ ਪੈਂਦਾ ਪਟੜੀ ਤੇ ਉੱਥੇ ਕਹਿੰਦੇ ਰੋਜ਼ ਨੇ ਬੰਦਾ ਮਾਰਤਾ ਮੇਰੀ ਮੰਮੀ ਸੰਭਰੀ ਜਾਵੇ ਉਹ ਕਹਿੰਦਾ ਤੁਹਾਡੇ ਰੋਜ ਨੇ ਬੰਦਾ ਮਾਰਤਾ ਮੇਰੀ ਮੰਮੀ ਨੂੰ ਸੁਣ ਗਿਆ ਮੇਰੀ ਮੰਮੀ ਉਹਦੇ ਗੱਲ ਪੈ ਗਈ ਕਹਿੰਦੀ ਸਾਡੇ ਤਨੋਜ ਨੇ ਕਦੋਂ ਬੰਦਾ ਮਾਰਿਆ ਉਹ ਤਾਂ ਰਾਤ ਦਾ ਘਰੇ ਪਿਆ ਫਿਰ ਜਦੋਂ ਮੈਂ ਨਿਕਲਿਆ ਮੈਂ ਕਿ ਕੀ ਗੱਲ ਹੋ ਗਈ ਮੈਂ ਕਹਿੰਦਾ ਐਂ ਕਹਿੰਦਾ ਵੀ ਤਨੋਜ ਨੇ ਬੰਦਾ ਮਾਰਿਆ ਮੈਂ ਕੀ ਗੱਲ ਹੋ ਗਈ ਉਹ ਕਹਿੰਦਾ ਮੈਂ ਤਾਂ ਐਂ ਕਹਿੰਦਾ ਰੋਜ ਨੇ ਬੰਦਾ ਮਾਰਿਆ ਮੇਰੀ ਮੰਮੀ ਨੂੰ ਐ ਸੁਣ ਕੇ ਵੀ ਤਨੋਜ ਨੇ ਬੰਦਾ ਮਾਰਿਆ ਉਹਦੇ ਨਾਲ ਲੜ ਪਈ ਉਹ ਤਾਂ ਇਹ ਨਾ ਸੁੱਕਾ ਸੀਗਾ ਤੁਹਾਡੀ ਮਾਤਾ ਜੀ ਝਾੜੂ ਮਾਰ ਸੀ ਝਾੜੂ ਨਹੀਂ ਉਹਦੇ ਮਾਰਿਆ ਹਾਂ ਮਤਲਬ ਐਦਾਂ ਦੀ ਨੈਚੁਰਲ ਕਮੇਡੀ ਸਾਡੇ ਘਰੇ ਬਹੁਤ ਹੁੰਦੀ ਆ ਹਾਂ ਦੋਸਤੋ ਲਾਈਵ ਤੇ ਗੱਲਾਂ ਕਰ ਲਈਆਂ ਹਨ ਤਨੋਜ ਦਿੱਤੇ ਬਾਈ ਬੀਬਾ ਪੁਆ ਦਿੱਤੇ ਮਤਲਬ ਬੀਬਾ ਪੁਆ ਹੀ ਕਹਾਂਗਾ ਕਿਉਂਕਿ ਮੇਰਾ ਹੁਣ ਬੀਬਾ ਪੁਆ ਜੀ ਬੈਠੇ ਨੇ ਕਿ ਤੇ ਆਪਾਂ ਇਸ ਤੋਂ ਬਾਅਦ ਮੈਂ ਤੁਹਾਨੂੰ ਤਨੋਜ ਨਾਲ ਵੀ ਬਾਈ ਨਾਲ ਵੀ ਮੁਲਾਕਾਤ ਕਰਾਉਂਗਾ ਹਨ ਕਿਉਂਕਿ ਕੈਰੀਅਰ ਦੀਆਂ ਗੱਲਾਂ ਕਰੀਆਂ ਨਹੀਂ ਗੀਆਂ ਆਪਾਂ ਨੇ ਫਿਚਰ ਦੀਆਂ ਗੱਲਾਂ ਕਰੀਆਂ ਨਹੀਂ ਗੀਆਂ ਫਿਲਮਾਂ ਦੀਆਂ ਗੱਲਾਂ ਕਰੀਆਂ ਨੇ ਡਾਇਲੋਗ ਵੀ ਸੁਣੇ ਨੇਗੇ ਬੜਾ ਹਾਸਾ ਆਇਆ ਮੈਨੂੰ ਤਾਂ ਕੋ ਸੁਣ ਕੇ ਗੱਲਾਂ ਸੁਣ ਕੇ ਉਮੀਦ ਹੈ ਕਿ ਤੁਹਾਨੂੰ ਵੀ ਹਾਸਾ ਆਇਆ ਹੋਵੇ ਤੇ ਹੁਣ ਥੋੜੇ ਜੇ ਬ੍ਰੇਕ ਲਵਾਂਗੇ ਆਪਾਂ ਤੇ ਬਾਈ ਨੂੰ ਕਰੈਕਟਰ ਦੇ ਵਿੱਚ ਲਿਆ ਕੇ ਤੇ ਉਸ ਤੋਂ ਬਾਅਦ ਤਨੋਜ ਨਾਲ ਵੀ ਲਾਵਾਂਗੇ ਪੂਆ ਫਿਰ ਆਪਾਂ ਹੁਣ ਤੁਹਾਡੇ ਅਸਲ ਕਰੈਕਟਰ ਦੇ ਵਿੱਚ ਤੁਹਾਨੂੰ ਲੈ ਕੇ ਆਵਾਂਗੇ ਆਪਾਂ ਉਸ ਤੋਂ ਪਹਿਲਾਂ ਕੁਝ ਕਹਿਣਾ ਚਾਹੁੰਦੇ ਹਾਂ ਹਾਂ ਤੇ ਮੈਂ ਨਾ ਜਦੋਂ ਹੁਣ ਪਿੱਛੇ ਜੇ ਕੈਨੇਡਾ ਗਈ ਮੈਂ ਜਦੋਂ ਜਹਾਜ਼ ਦੇ ਵਿੱਚ ਬੈਠੀ ਤਾਂ ਮੈਨੂੰ ਆ ਕੇ 에어 호ਸਟਲ ਕਹਿੰਦੀ ਤੁਹਾਨੂੰ ਜਹਾਜ਼ ਵਿੱਚ ਬੈਠ ਕੇ ਕਿਹੋ ਜਿਹਾ ਲੱਗਦਾ ਹੈ ਮੈਂ ਤਾਂ ਨਾਲ ਦੀ ਨਾਲ ਹੀ ਕਹੇ ਤਾਂ ਮੱਖੇ ਮੈਨੂੰ ਤਾਂ ਕਰ ਵਰ ਗਈ ਲੱਗਦਾ ਕੰਦੀ ਹੋ ਕੇ ਮੈਂ ਮੱਖਾ ਮੈਨੂੰ ਘਰੇ ਵੀ ਨਹੀਂ ਮੂੰਹ ਲਾਉਂਦਾ ਕੋਈ ਰੇ ਵੀ ਨਹੀਂ ਲਾਉਂਦਾ ਤੇ ਇੱਕ ਗੱਲ ਹੋਰ ਆ ਹਰਦੀਪ ਉੱਥੇ ਸਾਰੇ ਕੰਮ ਹੀ ਪੁੱਠੇ ਨੇ ਪੁੱਤ ਹਾਂ ਇੱਥੇ ਆਪਾਂ ਸੱਜੇ ਸਾਈਡ ਚੱਲਦੇ ਆ ਹਨਾ ਉੱਥੇ ਖੱਬੇ ਸਾਈਡ ਚੱਲਦੇ ਆ ਤੇ ਆਪਾਂ ਥੱਲੇ ਨੂੰ ਸੱਚਾ ਓਨ ਕਰਦੇ ਆ ਉੱਥੇ ਉੱਪਰ ਨੂੰ ਕਰਦੇ ਆ ਇੱਥੇ ਮੁੰਡੇ ਨਾਲ ਕੁੜੀ ਵਿਆਹ ਕਰਾਉਂਦੀ ਆ ਉੱਥੇ ਨਾਲ ਮੁੰਡੇ ਨਾਲ ਮੁੰਡਾ ਵਿਆਹ ਕਰਾਈ ਜਾਂਦਾ ਉਹ ਸਾਰੇ ਕੰਮ ਹੀ ਉਲਟ ਨੇ ਉੱਥੇ ਸਾਨੂੰ ਗੋਰਾ ਅੰਗਰੇਜ਼ ਆਪਦੇ ਘਰੇ ਲੈ ਗਿਆ ਰੋਟੀ ਤੇ ਜਦੋਂ ਰੋਟੀ ਤੇ ਲੈ ਕੇ ਗਿਆ ਹੋਇਆ ਉਹ ਐਦਾਂ ਟੇਬਲ ਸਜਾ ਲਿਆ ਉਹਨਾਂ ਨੇ ਕਹਿੰਦਾ ਰੋਟੀ ਖਾਓ ਬੀਬੋ ਪੂਆ ਮਖੇ ਮੈਂ ਕਿਤੇ ਬੇਇੱਜ਼ਤੀ ਨਾ ਕਰਾਦਾ ਜਿਵੇਂ ਇਹ ਰੋਟੀ ਖਾਣਗੇ ਮਖੇ ਮੈਂ ਵੀ ਉਹ ਮੈਂ ਖਾऊं ਤੇ ਉਹ ਮੈਨੂੰ ਕਹੀ ਜਾਣ ਮੈਂ ਉਹਨਾਂ ਨੂੰ ਕਹੀ ਜਾਵਾਂ ਮੇਰੇ ਦਿਲ 'ਚ ਡਰ ਜਦੋਂ ਗੋਰੇ ਨੇ ਬੁਰਕੀ ਤੋੜੀ ਮੂੰਚ ਮਾਰੀ ਮਖੇ ਸ਼ੁਕਰ ਹੈ ਰੋਟੀ ਤਾਂ ਸਿੱਧੇ ਪਾਸੇ ਦੀ ਖਾਂਦੇ ਆ ਅੱਛਾ ਅੱਛਾ ਪੂਆ ਫਿਰ ਅੱਜ ਕੱਲ ਤਾਂ ਯਾਰ ਜਿਵੇਂ ਕਿ ਆਹ ਹੁੰਦਾ ਕਿ ਪੰਜਾਬ ਦੇ ਵਿੱਚ ਕਹਿੰਦੇ ਨਸ਼ੇ ਬੜੇ ਵੱਧ ਗਏ ਹਨਾ ਜਿਹੜੇ ਮੁੰਡੇ ਨੇਗੇ ਇਹ ਨਸ਼ਿਆਂ ਵੱਲ ਬੜੇ ਹੋਏ ਹੋਏ ਨੇਗੇ ਮੈਂ ਕਹਿੰਦਾ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਬਿਆਨ ਦੇਖਦੇ ਆਪਾਂ ਮੈਂ ਕਹਿੰਦਾ ਹਰ ਇੱਕ ਅਖਬਾਰ ਕੋਈ ਦਿਨ ਹੋ ਜਾਊਗਾ ਜਿੱਥੇ ਕੋਈ ਖਬਰ ਇਸ ਦੀ ਨਾ ਹੀ ਹੋਵੇ ਜਿਹੜੇ ਨਸ਼ੇ ਕਰਦੇ ਆ ਉਹ ਉਹਨਾਂ ਨੂੰ ਕਿਵੇਂ ਦੇਖਨੀ ਆ ਦੂ ਉਹਨਾਂ ਨੂੰ ਕੀ ਸੁਨੇਹਾ ਦੇਣਾ ਹੈ ਇੱਕ ਤਾਂ ਅੱਜ ਕੱਲ੍ਹ ਹਰਦੀਪ ਨਸ਼ੇ ਹੀ ਮੁੰਡੇ ਵਾਲੇ ਕਰਦੇ ਆ ਅੱਗੇ ਲੋਕ ਭੁੱਕੀ ਖਾਂਦੇ ਸੀ ਇਹ ਸੁਣੀ ਸੀ ਮੈਂ ਡੋਡੇ ਖਾਂਦੇ ਸੀ ਇਹ ਸੁਣੀ ਸੀ ਗੋਲੀਆਂ ਘੱਟੇ ਵੀ ਸੁਣੇ ਸੀ ਅੱਜ ਕੱਲ੍ਹ ਤੇ ਮੁੰਡੇ ਤਾਂ ਜੈ ਖਾਂਦੇ ਆ ਕੋਡ ਕਰਲੀਆਂ ਖਾ ਜਾਂਦੇ ਨੇ ਹਾਂ ਹੋਰ ਤਾਂ ਹੋਰ ਆ ਬੂਟਾਂ ਚੋਂ ਜਰਾਬਾਂ ਦੀ ਮਹਿ ਨਿਚੋੜ ਕੇ ਗਲਾਸਾਂ ਚ ਪਾ ਕੇ ਇਹ ਵੀ ਪੀ ਜਾਂਦੇ ਨੇ ਜੇ ਕਿਸੇ ਨੇ ਕਹਤਾ ਕੱਟੇ ਦੀ ਮੋਕ ਚ ਨਸਾਂ ਹੁੰਦਾ ਇਥਾ ਵੀ ਜੀਬਾ ਮਾਰ ਮਾਰ ਛਟ ਛਾਟੀ ਖਾ ਜਾ ਕਰਨਗੇ ਇੰਨਾ ਮਾੜਾ ਹਾਲ ਹੋ ਗਿਆ ਜਾਏ ਖਾਣ ਦਾ ਹੋਰ ਕਹਿੰਦਾ ਤਾਵੇ 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 ਸੋ ਡਿਪੂਆ ਨੇ ਮੋਬਾਈਲ ਲੈ ਲਿਆ ਸੋਡੇ ਫੁੱਫੜ ਤੋਂ ਛੱਲਿਆ ਨਾ ਜਾਵੇ ਨਹੀਂ ਕਹਿੰਦਾ ਮੈਨੂੰ ਸਾਕੂ ਹੋ ਗਿਆ ਨਹੀਂ ਤੈਨੂੰ ਫੋਨ ਗੈਰਾਂ ਦਾ ਆਵੇ ਮੈਂ ਕਿਹਾ ਫੋਨ ਕਰਦਾ ਮੈਨੂੰ ਸ਼ੇਰਪੁਰ ਵਾਲਾ ਫੋਨਾਂ ਦੀ ਕੀ ਗੱਲ ਕਰਦਾ ਮੈਨੂੰ ਜਾਏ ਖਾਂਦਾ ਤੱਤੀਆਂ ਜਲੇਬੀਆਂ ਖਵਾਵੇ ਹੈ ਤੇ ਸ਼ੇਰੋ ਸ਼ੇਰੀ ਵੀ ਮੈਨੂੰ ਬਹੁਤ ਆਉਂਦੀ ਆ ਬੋਲੀਆਂ ਵੀ ਬਹੁਤ ਆਉਂਦੀਆਂ ਨੇ ਤੇ ਪਰਮਾਤਮਾ ਦੀ ਕਿਰਪਾ ਤੁਸੀਂ ਜੇ ਸਾਨੂੰ ਵਿਆਹ ਸਾਧੀਆਂ ਚ ਪ੍ਰੋਗਰਾਮਾਂ ਤੇ ਬੁਲਾਉਣਾ ਚਾਹੁੰਦੇ ਹੋ ਤੇ ਬੁਲਾ ਸਕਦੇ ਹੋ ਕਹਿੰਦਾ ਜਦੋਂ ਮੈਂ ਪੜਦੀ ਹੁੰਦੀ ਸੀ ਸਕੂਲੇ ਉਦੋਂ ਮੇਰੇ ਰਾਹਾਂ ਵਿੱਚ ਨੈਣ ਤੂੰ ਵਸਾਉਂਦਾ ਹੁੰਦਾ ਸੀ ਵੀ ਉਦੋਂ ਜਾਣ ਜਾਣ ਕਹਿ ਕੇ ਮੈਨੂੰ ਬੁਲਾਉਂਦਾ ਹੁੰਦਾ ਸੀ ਫੇ ਨੰਬਰ ਵੀ ਮੇਰਾ ਉਹੀ ਹੈ 98038 98038 53 800 ਤੇ ਫੋਨ ਮਲਾਉਂਦਾ ਕਿਉਂ ਨਹੀਂ ਵੇ ਦੱਸ ਹੁਣ ਜਾਣ ਜਾਣ ਕਹਿ ਕੇ ਮੈਨੂੰ ਬੁਲਾਉਂਦਾ ਕਿਉਂ ਨਹੀਂ ਕੀ ਬਾਤ ਹੈ ਕੀ ਬਾਤ ਹੈ ਜੇ ਇੱਕ ਗੱਲ ਹੋਰ ਹੈ ਜਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰ ਜੇ ਮੈਂ ਮਰ ਗਈ ਤਾਂ ਮਿਲੂ ਹਰ ਦੁਆਰ ਕੀ ਬਾਤ ਹੈ ਸੋ ਦੋਸਤੋ ਭੂਆ ਨਾਲ ਗੱਲਾਂ ਬਾਤਾਂ ਕਰ ਰਹੀਆਂ ਭੂਆ ਨੇ ਆਪਣਾ ਫੋਨ ਨੰਬਰ ਵੀ ਦਿੱਤਾ ਅਗਰ ਤੁਸੀਂ ਭੂਆ ਨੂੰ ਆਪਣੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਖੁਸ਼ੀ ਦੇ ਵਿੱਚ ਬੁਲਾਉਣਾ ਚਾਹੁੰਦੇ ਹੋ ਇਹਨਾਂ ਤੋਂ ਕਮੇਡੀ ਪ੍ਰੋਗਰਾਮ ਕਰਵਾਉਣਾ ਚਾਹੁੰਦੇ ਤਾਂ ਮੈਂ ਚਾਹੂੰਗਾ ਇੱਕ ਵਾਰ ਸੰਪਰਕ ਜਰੂਰ ਕਰਿਓ ਕਿ ਬੜਾ ਰੰਗ ਬੰਦ ਹੈ ਯਾਰ ਹਨਾ ਕਿਉਂਕਿ ਮੈਨੂੰ ਤੁਸੀਂ ਇੰਟਰਵਿਊ ਦੇ ਜ਼ਰੀਏ ਤਾਂ ਦੇਖ ਹੀ ਲਿਆ ਮੈਂ ਭਾਵੇਂ ਕੁਝ ਕ ਸਮੇਂ ਲਈ ਮਿਲਿਆ ਭੂਆ ਨੂੰ ਪਰ ਮੇਰਾ ਰੂਹ ਖੁਸ਼ ਕਰਤੀ ਯਾਰ ਮੈਨੂੰ ਹੁਣ ਉਮੀਦ ਹੈ ਜੇ ਕਿ ਵੀਡੀਓ ਚੰਗੀ ਲੱਗਿਆ ਤਾਂ ਇਸ ਤੋਂ ਬਾਅਦ ਥੋੜੀ ਜੀ ਬ੍ਰੇਕ ਤੋਂ ਬਾਅਦ ਇਸ ਹੱਸਦੇ ਚਿਹਰੇ ਦੇ ਪਿੱਛੇ ਜਾਂ ਫਿਰ ਮੈਂ ਕਹੂੰ ਗਾਇਸ ਭੂਆ ਦੇ ਪਿੱਛੇ ਜੋ ਕੈਰੈਕਟਰ ਛਿਪਿਆ ਹੋਇਆ ਅਸਲ ਦੇ ਵਿੱਚ ਤਨੋਜ ਟਿੱੱਬਾ ਜੀ ਉਹ ਕਿੱਦਾਂ ਦੇ ਇਨਸਾਨ ਨੇ ਜਾਂ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਔਕੜਾਂ ਆਈਆਂ ਉਹ ਵੀ ਤੁਹ ਜੋ ਕੈਰੈਕਟਰ ਹੁੰਦੇ ਨੇ ਜਿਵੇਂ ਕਿ ਕਿਹਾ ਜਾਂਦਾ ਕਿ ਜਿਹੜੇ ਕਮੇਡੀ ਕਲਾਕਾਰ ਹੁੰਦੇ ਨੇ ਇੱਕ ਚਿਹਰੇ ਦੇ ਪਿੱਛੇ ਇੱਕ ਪਰਸਨਲ ਲਾਈਫ ਜੁੜੀ ਹੁੰਦੀ ਆ ਉਹਨਾਂ ਦੀ ਜਾਂ ਫਿਰ ਕਹਿ ਸਕਦਾ ਹੈਗੇ ਇੱਕ ਚਿਹਰੇ ਦੇ ਪਿੱਛੇ ਇੱਕ ਹੱਸਦੇ ਚਿਹਰੇ ਦੇ ਪਿੱਛੇ ਪਰਸਨਲ ਮਜਬੂਰੀਆਂ ਵੀ ਛिपੀਆਂ ਹੁੰਦੀਆਂ ਨੇ ਕਿ ਤੇ ਅੱਜ ਬਾਈ ਤਨੋਜ ਨਾਲ ਆਪਾਂ ਇਹ ਵੀ ਗੱਲਬਾਤ ਕਰਾਂਗੇ ਕਿਉਂਕਿ ਆਪਾਂ ਕੈਰੀਅਰ ਬਾਰੇ ਜ਼ਰੂਰ ਗੱਲਾਂ ਕਰੀਏ ਨੇਗੇ ਫਿਚਰ ਬਾਰੇ ਜ਼ਰੂਰ ਗੱਲਾਂ ਕਰੀਏ ਨੇਗੇ ਆਉਣ ਵਾਲੀਆਂ ਜਿਹੜੇ ਫਿਲਮਾਂ ਨੇ ਜਾਂ ਫਿਲਮਾਂ ਆ ਚੁੱਕੀਆਂ ਨੇ ਉਹਨਾਂ ਬਾਰੇ ਆਪਾਂ ਜ਼ਰੂਰ ਗੱਲਾਂ ਕਰੀਏ ਨੇਗੇ ਹੁਣ ਆਪਾਂ ਬਾਈ ਦੀ ਜ਼ਿੰਦਗੀ ਬਾਰੇ ਗੱਲਾਂ ਕਰਾਂਗੇ ਕਿ ਜਿਹੜੇ ਜਾਂ ਫਿਰ ਕਹਿ ਸਕਦੇ ਆਂਗੇ ਇੱਕ ਤਨੋਜ ਤੋਂ ਤਨੋਜ ਟਿੱਬਾ ਬਣਨ ਤੱਕ ਜਿਹੜਾ ਸਫ਼ਰ ਰਿਹਾ ਕਿੰਨੀਆਂ ਕੌਕੜਾਂ ਰਹੀਆਂ ਕਿੰਨੀਆਂ ਇੱਕ ਮੁਸ਼ਕਿਲਾਂ ਰਹੀਆਂ ਜਾਂ ਫਿਰ ਪਿੰਡੇ ਤੇ ਕਿੰਨੇ ਇੱਕ ਦੁੱਖ ਹੰਡਾਈ ਨੇਗੇ ਤਨੋਜ ਬਾਈ ਫਿਰ ਆਪਾਂ ਫਿਊਚਰ ਬਾਰੇ ਵੀ ਗੱਲ ਕਰ ਲਿਆ ਹਨਾ ਫਿਲਮਾਂ ਬਾਰੇ ਵੀ ਗੱਲ ਕਰ ਲਿਆ ਤੁਹਾਡੇ ਕੈਰੀਅਰ ਦੀ ਸ਼ੁਰੂਆਤ ਬਾਰੇ ਵੀ ਗੱਲ ਕਰ ਲਿਆ ਹੁਣ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਸਵਾਲ ਉੱਠ ਰਿਹਾ ਹੋਊਗਾ ਕਹਿੰਦੇ ਯਾਰ ਜਿਵੇਂ ਹੁੰਦਾ ਨੇ ਇੱਕ ਮੈਂ ਇੱਕ ਮੈਨੂੰ ਸ਼ਾਬਦ ਅਕਸਰ ਸੁਣਨ ਨੂੰ ਮਿਲਦਾ ਕਹਿੰਦੇ ਜਿਹੜਾ ਇੱਕ ਕਲਾਕਾਰ ਹੁੰਦਾ ਹੈਗਾ ਰਾਤ ਨੂੰ ਰਾਤ ਸਟਾਰ ਬਣ ਜਾਂਦਾ ਪਰ ਉਹ ਰਾਤ ਦੇ ਪਿੱਛੇ ਇੱਕ ਰਾਤ ਦੇ ਪਿੱਛੇ ਕਿੰਨੇ ਕ ਸਾਲ ਲੱਗੇ ਹੁੰਦੇ ਨੇਗੇ ਕਿੰਨੀਆਂ ਕੁ ਦੀ ਮਿਹਨਤ ਲੱਗੇ ਹੁੰਦੀ ਨੇ ਉਹ ਕੋਈ ਨਹੀਂ ਦੇਖਦਾ ਹਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਜਾਂ ਤੁਸੀਂ ਸ਼ੁਰੂਆਤ ਕਰੀ ਸੀਗੀ ਇਸ ਸਫ਼ਰ ਦੀ ਹਨਾ ਜਾਂ ਫਿਰ ਕਹਿ ਸਕਦੇ ਕਿ ਕਮੇਡੀ ਕਰੈਕਟਰ ਦੀ ਜੇ ਤੁਹਾਨੂੰ ਕਿੰਨੀ ਇੱਕ ਮੁਸ਼ਕਿਲਾਂ ਆਈਆਂ ਬਾਈ ਕਿੰਨੇ ਇੱਕ ਜਿਹੜਾ ਤਸੱਦਦ ਸੀਗੇ ਉਦੋਂ ਚੱਲਣੇ ਪਏ ਤੁਹਾਨੂੰ ਆ ਦੇਖੋ ਜੀ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਮੈਂ ਇੰਨਾ ਕਲਾਕਾਰ ਜਾਂ ਬਣ ਜਾਊਂਗਾ ਲੋਕ ਮੈਨੂੰ ਪਿਆਰ ਕਰਨਗੇ ਸਕੂਲ ਟਾਈਮ ਦੇ ਵਿੱਚ ਮੈਂ ਮਿਵਕਰੀ ਕਰਦਾ ਹੁੰਦਾ ਸੀ ਆਵਾਜ਼ਾਂ ਕੱਢਦਾ ਹੁੰਦਾ ਸੀ ਜਿਹਾ ਹਰ ਕਲਾਕਾਰ ਦੀਆਂ ਜਿਵੇਂ ਮਰੀਸ਼ਪੁਰੀ ਦੀਆਂ ਸਨੀ ਦੇ올 ਦੀਆਂ ਮਿਵਕਰੀਆਂ ਕਰਦਾ ਤਾਂ ਸਾਡੇ ਜਦੋਂ ਸਕੂਲ ਬਾਲ ਸਭਾ ਹੁੰਦੀ ਸੀਗੀ ਹਰ ਸ਼ਨੀਵਾਰ ਨੂੰ ਚੁਟਕਲੇ ਜਾਂ ਕੋਈ ਗਾਣੇ ਸੁਣਾਉਂਦੇ ਹੁੰਦੇ ਸੀ ਤਾਂ ਉੱਥੇ ਕਹਿੰਦੇ ਵੀ ਆਹ ਮੁੰਡਾ ਬਹੁਤ ਹੈ ਜੀ ਚੁਟਕਲੇ ਸੁਣਾਉਂਦਾ ਆਵਾਜ਼ਾਂ ਕੱਢਦਾ ਤੇ ਮੈਂ ਉੱਥੇ ਆਵਾਜ਼ਾਂ ਕੱਢੀਆਂ ਤੇ ਮੇਰੀਆਂ ਬਹੁਤ ਪਸੰਦ ਕੀਤੀਆਂ ਉਸ ਤੋਂ ਬਾਅਦ ਸਾਡਾ ਨਾਮ ਵਾਲ ਸਮਾਰੋਹ ਸੀਗਾ ਸੈਮੀ ਕਲਾਸ ਦਾ ਉਸ ਤੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਤਾਂ ਲੋਕਾਂ ਨੇ ਬਹੁਤ ਪਸੰਦ ਕੀਤਾ ਮੇਰੀ ਬੀਬੂਪੂ ਵਾਲੇ ਕਰੈਕਟਰ ਨੂੰ ਮੈਨੂੰ ਜ਼ਿਆਦਾ ਵੀ ਆਪਣੀ ਮੈਂ ਟੀਚਰ ਦੇ ਕੱਪੜੇ ਪਾਏ ਸੀਗੇ ਸਾਡੀ ਮੈਡਮ ਦੇ ਤੇ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ ਇੱਕ ਮੇਰੇ ਨਾਲ ਮੁੰਡਾ ਸੀਗਾ ਜਗਜੀਤ ਤੇ ਉਹ ਲੋਕਾਂ ਨੇ ਜਦੋਂ ਪਸੰਦ ਕੀਤਾ ਉਸ ਤੋਂ ਬਾਅਦ ਬਸ ਉੱਥੋਂ ਜਾਗ ਲੱਗਣਾ ਸ਼ੁਰੂ ਹੋ ਗਿਆ ਸਕੂਲ ਦੇ ਵਿੱਚ ਪ੍ਰੋਗਰਾਮ ਕਰਦੇ ਕਰਦੇ ਉਸ ਤੋਂ ਬਾਅਦ ਸਾਡੇ ਸ਼ੇਰਪੁਰਾ ਸ਼ਹਿਰ ਕਸਬਾ ਉੱਥੇ ਰਾਮਲੀਲਾ ਹੁੰਦੀ ਹੈ ਜੀ ਤਾਂ ਉੱਥੇ ਅਸੀਂ ਰਾਮਲੀਲਾ ਤੇ ਜਾ ਕੇ ਰਾਤ ਨੂੰ ਪ੍ਰੋਗਰਾਮ ਕਰਨੇ ਨੇੜੇ ਪਿੰਡ ਹੈ ਬੜੀ ਉੱਥੇ ਨਾਟਕ ਮੇਲਾ ਹੁੰਦਾ ਸੀ ਉੱਥੇ ਪ੍ਰੋਗਰਾਮ ਕਰਨਾ ਮਤਲਬ ਖੇੜੀ ਪਿੰਡ ਹੈ ਉੱਥੇ ਹਾ ਨੇੜੇ-ਨੇੜੇ ਦੇ ਪਿੰਡਾਂ 'ਚ ਅਸੀਂ ਪ੍ਰੋਗਰਾਮ ਕੀਤੇ ਤਾਂ ਸਾਨੂੰ ਅਸੀਂ ਬੱਚੇ ਹੁੰਦੇ ਸੀਗੇ ਸਾਨੂੰ ਕੋਈ 10 ਰੁਪਏ ਦੇ ਦਿੰਦਾ ਸੀ ਕੋਈ 20 ਦੇ ਦਿੰਦਾ ਸੀ ਸਾਨੂੰ ਹੌਸਲਾ ਵਜਾਈ ਹੁੰਦੀ ਸੀ ਮਤਲਬ ਸਾਨੂੰ ਐ ਲੱਗਦਾ ਪੈਸੇ ਮਿਲਦੇ ਨੇ ਤੇ ਅਸੀਂ ਇਦਾਂ ਹੀ ਬਸ ਸਾਰੇ ਇਕੱਠੇ ਹੋ ਕੇ ਲੱਗੇ ਰਹਿੰਦੇ ਸੀਗੇ ਮਤਲਬ ਇੰਨਾ ਚਾਹ ਹੁੰਦਾ ਸੀਗਾ ਅਸੀਂ ਫ੍ਰੀ ਤੌਰ ਤੇ ਵੀ ਵਗ ਜਾਂਦੇ ਵੀ ਸਾਨੂੰ ਪ੍ਰੋਗਰਾਮ ਲਾ ਕੇ ਆਏ ਅਸੀਂ ਬਿਲਕੁਲ ਭਾਈ ਤਦੋਂ ਫਿਰ ਪਰਿਵਾਰ ਦੇ ਵਿੱਚੋਂ ਕਿੰਨਾ ਕੁ ਸਹਿਯੋਗ ਮਿਲਦਾ ਸੀਗਾ ਕਿਉਂਕਿ ਅਕਸਰ ਕੀ ਹੁੰਦਾ ਨਾ ਜਿਹੜੇ ਆਪਣੇ ਫੀਲਡ ਵਾਲੇ ਮੈਂ ਜਿਹੜਾ ਤੁਹਾਡਾ ਫੀਲਡ ਆ ਗਿਆ ਇਸ ਫੀਲਡ ਵਾਲੇ ਜਿੰਨੇ ਵੀ ਸਿੱਖਿਆ ਨੂੰ ਮਿਲਿਆਗੇ ਜਾਂ ਫਿਰ ਜਿੰਨੇ ਵੀ ਕਲਾਕਾਰਾਂ ਨੂੰ ਮਿਲਿਆ ਹਰ ਸ਼ਖਸ ਤੋਂ ਮੈਨੂੰ ਇੱਕ ਚੀਜ਼ ਸਾਨੂੰ ਨੂੰ ਜ਼ਰੂਰ ਮਿਲਦੀ ਹੈ ਕਹਿੰਦੇ ਆ ਵੀ ਪਹਿਲਾਂ ਪਰਿਵਾਰ ਸਾਥ ਨਹੀਂ ਸੀ ਦੇ ਰਿਹਾ ਜਾਂ ਫਿਰ ਪਰਿਵਾਰ ਵੱਲੋਂ ਅਪਰੂਵਮੈਂਟ ਨਹੀਂ ਸੀ ਵੀ ਇਸ ਫੀਲਡ ਵੱਲ ਜਾਣ ਲਈ ਤੁਹਾਡੇ ਪਰਿਵਾਰ ਦੇ ਕਿੰਨੇ ਕੁ ਸਪੋਰਟ ਰਹੀ ਤੁਹਾਨੂੰ ਕਿੰਨਾ ਕੁ ਸਾਥ ਮਿਲ ਸਾਸ ਦੀ ਗੱਲ ਕੀ ਰਹੀ ਜੀ ਦੇਖੋ ਮੇਰੇ ਜਿਹੜੇ ਮਾਪਿਓ ਸੀਗੇ ਅਨਪੜ੍ਹ ਸੀ ਉਹਨਾਂ ਨੂੰ ਕੋਈ ਵੀ ਪਤਾ ਨਹੀਂ ਸੀਗਾ ਤੇ ਉਹਨਾਂ ਨੇ ਮੈਨੂੰ ਕਦੇ ਰੋਕਿਆ ਨਹੀਂ ਹੈਗਾ ਵੀ ਤੂੰ ਕੀ ਕਰਦਾ ਕੀ ਨਾ ਉਹ ਕਹਿੰਦੇ ਵੀ ਤੇਰੀ ਜ਼ਿੰਦਗੀ ਆ ਤੂੰ ਆਪ ਕਰਨੀ ਆ ਜੋ ਵੀ ਕਰਨਾ ਤਾਂ ਆਪ ਕਰਨਾ ਆਪ ਦੇ ਪੈਰਾਂ ਤੇ ਖੜੇ ਹੋਇਆ ਤੇ ਬਹੁਤ ਗਰੀਬੀ ਦੇਖੀ ਹੈ ਜੀ ਮੈਂ ਆਪਣੇ ਸਾਡੇ ਘਰ ਜਿਹੜੀ ਸੱਤ ਕੱਚੀ ਹੁੰਦੀ ਸੀ ਉਹ ਵੀ ਟਾਈਮ ਦੇਖਿਆ ਜਦੋਂ ਮੀਂਹ ਪੈਣ ਲੱਗ ਜਾਂਦੀ ਸਾਡੀ ਸੱਤ ਚੋਣ ਲੱਗ ਜਾਂਦੀ ਸੀ ਮੇਰੇ ਫਾਦਰ ਸਾਹਿਬ ਇੱਕ ਦੂਜੀ ਦਾ ਵੀ ਕੰਮ ਕਰਦੇ ਰਹੇ ਨੇ ਦੁੱਧ ਵੀ ਚਾਗਦੇ ਰਹੇ ਨੇ ਤੇ ਉਹਨਾਂ ਸਾਡੀ ਸਾਈਕਲਾਂ ਦੀ ਦੁਕਾਨ ਸੀਗੀ ਪੈਂਚਰਾਂ ਦੀ ਤੇ ਮੈਂ ਪੈਂਚਰਾਂ ਦੇ ਵੀ ਲਾਏ ਨੇ ਜੀ ਬਹੁਤ ਮਤਲਬ ਮਿਹਨਤ ਮਜ਼ਦੂਰੀ ਵੀ ਕੀਤੀ ਆ ਤੇ ਬਹੁਤ ਸਟਰਗਲ ਕੀਤਾਗਾ ਜ਼ਿੰਦਗੀ ਦੇ ਵਿੱਚ ਮੇਰੇ ਦੋਸਤ ਨੇ ਜਿਨ੍ਹਾਂ ਨੇ ਮੈਨੂੰ ਨਾਲ ਲੈ ਕੇ ਚੱਲੇ ਨੇ ਜਿਵੇਂ ਉਹਦੇ ਵਿੱਚ ਗੋਗੀ ਟਿੱਬਾ ਸੀਗਾ ਬੂਟਾ ਸ਼ੇਰ ਪਰ ਸੀ ਹੈਪੀ ਟਿੱਬਾ ਇਹ ਸਾਰੇ ਮੇਰੇ ਦੋਸਤ ਸੀਗੇ ਜਿਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਆਪਣੀ ਟੀਮ ਬਣਾ ਕੇ ਸੀ ਚੱਲਦੇ ਗਏ ਚੱਲਦੇ ਗਏ ਉਹਨਾਂ ਵਿੱਚੋਂ ਪ੍ਰਮਾਤਮਾ ਦੀ ਕਿਰਪਾ ਹੋਈ ਮੇਰੇ ਤੇ ਮੈਨੂੰ ਫਿਲਮਾਂ ਮਿਲਣ ਲੱਗੀਆਂ ਤੇ ਅੱਜ ਮੈਂ ਲੋਕਾਂ ਦੇ ਸਾਹਮਣੇ ਆ ਬਿਲਕੁਲ ਕ੍ਰੋਜ ਭਾਈ ਕਿਵੇਂ ਦੇਖਦੇ ਹੋਂ ਸਮੇਂ ਨੂੰ ਹਨਾ ਕਿਉਂਕਿ ਇੱਕ ਸਮਾਜ ਵਿੱਚ ਤੁਸੀਂ ਦੱਸਿਆ ਵੀ ਇੱਕ ਸਮਾਂ ਹੁੰਦਾ ਸੀਗਾ ਸਾਈਕਲਾਂ ਤੇ ਪੈਂਚਰ ਲਾਉਣੇ ਹਨਾ ਪੈਂਚਰ ਲਾ ਕੇ ਆਉਣਾ 5-5 ਰੁਪਏ ਮੈਂ ਖਾਨਾ 5 ਰੁਪਏ ਮਿਲਦੇ ਹੁੰਨੇ ਹਨਾ ਉਸ ਟਾਈਮ ਪੈਂਚਰ ਦੇ ਇੱਕ ਦੇ ਉਹ ਫਿਰ ਉਹ 5 ਰੁਪਏ ਜਾਂ 3 ਰੁਪਏ ਦੇ ਇੱਕ ਦੀ ਕਮਾਈ ਕਰਨੀ ਇੱਕ ਪੈਂਚਰ ਤੋਂ ਤੇ ਅੱਜ ਉਹੀ ਪੈਂਚਰ ਲਾਉਣ ਵਾਲਾ ਮੁੰਡਾ ਜਦ ਫਿਲਮਾਂ ਦੇ ਵਿੱਚ ਜਾ ਕੇ ਦੇਖਦੇ ਹੋਗੇ ਜਾਂ ਫਿਰ ਵੱਡੇ ਕਲਾਕਾਰ ਨਾਲ ਆਪਣੇ ਆਪ ਨੂੰ ਖੜੇ ਦੇਖਦੇ ਹੋਗੇ ਕੀ ਮਹਿਸੂਸ ਕਰਦੇ ਬਹੁਤ ਖੁਸ਼ੀ ਹੁੰਦੀ ਹੈ ਵੀ ਪ੍ਰਮਾਤਮਾ ਦਾ ਦੇਖੋ ਮੈਂ ਤਾਂ ਸ਼ੁਕਰਗੁਜ਼ਾਰ ਕਰਦਾ ਵੀ ਪ੍ਰਮਾਤਮਾ ਤੇ 5 ਰੁਪਏ ਕਮਾਉਣ ਵਾਲੇ ਸੀਗੇ ਅਸੀਂ ਅੱਜ ਤੱਕ ਸਾਨੂੰ ਲੱਖਾਂ ਦੇ ਕਰਤਾ ਪਹਿਲਾਂ ਕਦੇ ਅਸੀਂ ਸਾਈਕਲਾਂ ਤੇ ਫਿਰਦੇ ਹੁੰਦੇ ਸੀ ਮੋਟਰਸਾਈਕਲਾਂ ਤੇ ਅੱਜ ਜਹਾਜ਼ਾਂ ਦੇ ਸਫ਼ਰ ਕਰ ਰਹੇ ਹਾਂ ਸੋ ਪ੍ਰਮਾਤਮਾ ਦੀ ਕਿਰਪਾ ਕਦੇ ਜ਼ਿੰਦਗੀ ਚ ਕਿਸੇ ਦਾ ਮਾੜਾ ਨਾ ਕਰੋ ਤੇ ਜਿਹੜੇ ਆਪਣੇ ਨਾਲ ਦੇ ਸਾਥੀ ਨੇ ਉਹਨਾਂ ਨੂੰ ਕਦੇ ਭੁੱਲੋ ਨਾ ਤੇ ਮੇਰੇ ਸਾਥੀਆਂ ਨੇ ਹਮੇਸ਼ਾ ਮੇਰਾ ਟਾਈਮ ਦਿੱਤਾ ਬਹੁਤ ਇੱਕ ਹੋਰ ਵੀ ਮੈਂ ਗੱਲ ਦੱਸਦਾ ਬਹੁਤ ਲੋਕਾਂ ਨੇ ਮੈਨੂੰ ਵਰਤਿਆ ਵੀ ਮਤਲਬ ਪ੍ਰੋਗਰਾਮ ਲਵਾ ਲੈਂਦੇ ਸੀਗੇ ਸਾਡੇ ਜਿਹੜੇ ਪੈਸੇ ਸੀਗੇ ਬਣਦਾ ਹੱਕ ਸਿਓ ਦਿੰਦੇ ਨਹੀਂ ਸੀ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਕੀਤੀ ਲੋਕ ਦਾ ਕੰਮ ਕਰਾ ਲੈਂਦੇ ਸੀ ਉਸ ਤੋਂ ਬਾਅਦ ਕਹਿੰਦੇ ਕੱਲੂ ਦਵਾਂਗੇ ਪਰਸੋਂ ਦਵਾਂਗੇ ਬਸ ਉਹਨਾਂ ਦੀ ਆਈ ਨਹੀਂ ਮਤਲਬ ਇਦਾਂ ਵੀ ਲੋਕਾਂ ਨੇ ਵਰਤਿਆ ਪੈਸੇ ਤੌਰ ਤੇ ਵੀ ਵਰਤਿਆ ਹੂੰ ਜਜ਼ਬਾਤੀ ਤੌਰ ਤੇ ਕਰਕੇ ਆ ਕਈ ਲੋਕ ਐਦਾਂ ਦੇ ਵੀ ਇੰਡਸਟਰੀ ਦੇ ਵਿੱਚ ਦੇਖਣੇ ਕਈ ਸੁਪਨੇ ਦਿਖਾ ਦਿੰਦੇ ਨੇ ਤੂੰ ਤਾਂ ਬਹੁਤ ਵੱਡਾ ਕਲਾਕਾਰ ਆ ਤੈਨੂੰ ਤਾਂ ਬਾਹਰ ਲੈ ਜਾਾਂਗੇ ਅਸੀਂ ਤਾਂ ਇਹਨੂੰ ਐ ਕਰ ਦਾਂਗੇ ਉਹਨਾਂ ਲਈ ਅਸੀਂ ਫ੍ਰੀ ਕੰਮ ਕਰਦੇ ਰਹੇ ਉਹ ਬਾਹਰ ਕਿਸੇ ਹੋਰ ਨੂੰ ਹੀ ਲੈ ਜਾਂਦੇ ਸੀ ਹਾਂ ਤੁਨੋ ਜ ਕੁਝ ਕ ਕਲਾਕਾਰ ਜੀ ਮੈਂ ਤੁਸੀ ਪਹਿਲਾਂ ਵੀ ਦੱਸਿਆ ਹਨਾ ਵੀ ਕੁਝ ਕੁ ਯਾਰ ਦੂਸਰੇ ਕੇ ਜਿਹੜੇ ਵਰਤਕੇ ਅੱਗੇ ਚਲੇ ਗਏ ਹਨਾ ਵਰਤਕੇ ਤੋਂ ਪਿੱਛੇ ਛੱਡ ਗਏ ਫਿਰ ਕੁਝ ਕ ਇਹ ਜੇ ਵੀ ਸਖਸ਼ ਮਿਲਦੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਯਾਰ ਵੀ ਕੀ ਯਾਰ ਆਹ ਤੂੰ ਜਨਾਨੀ ਜੇ ਬਣਿਆ ਫਿਰਦਾ ਰਹਿਣਾਗਾ ਜਾਂ ਫਿਰ ਕੀ ਆ ਜਨਾਨੇ ਜਲੀ ਆਵਾਜ਼ ਕੱਢਦਾ ਨਾ ਟੀਚਰ ਮਖੌਲ ਵੀ ਕਰਦੇ ਹੋਣਗੇ ਅਜਿਹੇ ਅਜਿਹੇ ਸਖਸ਼ ਵੀ ਮਿਲੇ ਹੋਣਗੇ ਬਹੁਤ ਜ਼ਿਆਦਾ ਲੋਕ ਫੇਸਬੁਕ ਤੇ ਵੀ ਕਰਦੇ ਸੀ ਕਮੈਂਟ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜੇ ਮੇਰੇ ਘਰ ਦੇ ਹਾਲਾਤ ਨੇ ਉਹ ਮੈਨੂੰ ਪਤਾ ਦੇਖੋ ਜਿੰਨੀ ਵੀ ਮੈਂ ਪੜ੍ਹਾਈ ਕਰੀ ਆ ਸਾਰੀ ਇੰਜੀਨੀ ਤੇ ਮੈਂ ਆਈਟੀਏ ਕਰੀ ਉਹ ਇਥੋਂ ਕਰੀ ਹੁਣ ਮੈਂ ਡੀ ਫਾਰਮੇਸੀ ਕਰ ਰਿਹਾ ਹਾਂ ਆਯੁਰਵੇਦ ਦੀ ਉਹ ਵੀ ਇਥੋਂ ਹੀ ਕਰ ਰਿਹਾ ਮਤਲਬ ਮੈਂ ਆਪਣਾ ਘਰ ਦਾ ਖਰਚਾ ਵੀ ਤੋਰਿਆ ਤੇ ਆਪ ਵੀ ਪੜਿਆ ਮੈਂ ਆਪਣੇ ਭਾਈ ਨੂੰ ਵੀ ਪੜਾ ਮਤਲਬ ਪੈਸੇ ਇਕੱਠੇ ਕਰਕੇ ਇੱਕ ਦਵਾਈ ਚ ਤੋਰਿਆ ਹੁਣ ਮੈਂ ਉਹਦਾ ਘਰ ਵੀ ਪਾਇਆ ਹੁਣ ਮੇਰਾ ਜੋ ਲੋਕ ਨੇ ਦੇਖੋ ਲੋਕਾਂ ਨੇ ਤੁਹਾਨੂੰ ਖਾਣ ਨੂੰ ਨਹੀਂ ਦੇਣਾ ਲੋਕ ਸਿਰਫ ਗੱਲਾਂ ਕਰ ਸਕਦੇ ਆ ਤੁਹਾਡੇ ਬਾਰੇ ਵੀ ਇਹ ਕਰਦਾ ਇਹ ਕਰਦਾ ਤੇ ਕੁਝ ਮੈਂ ਬੁੜੀ ਬਣਦਾ ਚਾਹੇ ਕੁਝ ਮਰਜੀ ਬਣਦਾ ਮੈਂ ਲੋਕਾਂ ਨੂੰ ਹਸਾਉਣਾਗਾ ਮੈਂ ਆਪਣੇ ਇੱਕ ਪ੍ਰੋਗਰਾਮ ਕਰਨ ਦੀ ਫਿਲਮ ਦੇ ਉਹਦੇ ਪੈਸੇ ਲੈਣਾ ਨਾ ਕਿ ਮੈਂ ਕਿਸੇ ਨਾਲ ਕੋਈ ਠੱਗੀ ਮਾਰਦਾ ਨਾ ਚੋਰੀ ਕਰਦਾ ਹਸਾਉਣਾਗਾ ਸੋ ਇਹ ਸਾਡੇ ਉਸਤਾਦ ਜੀ ਜਿਨ੍ਹਾਂ ਨੂੰ ਮੈਂ ਮੰਨਦਾ ਭਗਵੰਤ ਮਾਨ ਜੀ ਮੈਂ ਭਗਵੰਤ ਮਾਨ ਜੀ ਦੀ ਬਹੁਤ ਕੈਸਟਾ ਸੁਣਦਾ ਹੁੰਦਾ ਸੀ ਸੇਮੀ ਚ ਇੱਕ ਚਲਾਕ ਭਈਏ ਆਏ ਸੀਗੇ ਉਹ ਕੈਸਟਾਈ ਸੀ ਉਹ ਵੀ ਮੈਂ ਬਹੁਤ ਸੁਣੀ ਉਹ ਕਿਤੇ ਮੇਰੇ ਦਿਮਾਗ ਤੇ ਬੈ ਗਈ ਮੈਂ ਉਹੀ ਮੇਰੇ ਦਿਮਾਗ ਚ ਘੁੰਮੀ ਜਾਣੀ ਉਹੀ ਸਕ੍ਰਿਪਟ ਮੈਂ ਸੁਣਾਈ ਜਾਣਾ ਮਤਲਬ ਭਗਵੰਤ ਮਾਨ ਜੀ ਵਾਲੇ ਵੀ ਜਦੋਂ ਮੈਂ ਫੈਰ ਤਰਾ ਸਣਕ ਪੈਰ ਤਰ੍ਹਾਂ ਉਦੋਂ ਸਾਨੂੰ ਚੁੜਕਲੇ ਵੀ ਨਹੀਂ ਬਣਾਉਣੇ ਆਉਂਦੇ ਸੀ ਗੱਲਾਂ ਨਹੀਂ ਉਹ ਭਗਵੰਤ ਮਾਨ ਜੀ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਅਸੀਂ ਉਹੀ ਸਟੇਜਾਂ ਤੇ ਸੁਣਾ ਦੇਣੀਆਂ ਉਹਦੇ ਨਾਲ ਹੀ ਲੋਕ ਹੱਸ ਪੈਂਦੇ ਸੀਗੇ ਹਾਂ ਤੇ ਭਗਵੰਤ ਮਾਨ ਜੀ ਦੇਖੋ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਸਾਨੂੰ ਖੁਸ਼ੀ ਆ ਵੀ ਸਾਡੇ ਉਸਤਾਦ ਜੀ ਨੇ ਅੱਗੇ ਗਏ ਨੇਗੇ ਬਿਲਕੁਲ ਭਾਈ ਫਿਰ ਕਿਵੇਂ ਦੇਖਦੇ ਹੋ ਹੁਣ ਮਹਿਮਾਨ ਸਾਹਿਬ ਸੀਐਮ ਬਣ ਚੁੱਕੇ ਨੇ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈਗੀ ਸੀਟਾਂ ਵੀ ਮੈਂ ਕਹਿੰਦਾ ਬਹੁਤ ਗਿਣਤੀ ਕਹਿ ਸਕਦੇ ਆਪਾਂ ਨਾ ਕਿਉਂਕਿ ਇੱਕ ਤਾਂ ਹੁੰਦੀ ਹੈ ਕਿ ਜਿੱਤ ਹੁੰਦੀ ਹੈ ਕਿ ਪਰ ਇਹ ਮੇਰੇ ਦੇਉ ਇੱਕ ਜਿਹੜੇ ਜਿਹਦੇਸ ਆਪਣੇ ਸ਼ਖਸ਼ ਨੂੰ ਦੇਖ ਦੇਖ ਕੇ ਤੁਸੀਂ ਉਹਨਾਂ ਤੋਂ ਸਿੱਖ ਸਿੱਖ ਕੇ ਵੱਡੇ ਹੋਏ ਹੋਗੇ ਜਾਂ ਫਿਰ ਜਿਸ ਸ਼ਖਸ਼ ਨੂੰ ਦੇਖ ਦੇ ਕੇ ਉਹਨਾਂ ਦੀਆਂ ਗੱਲਾਂ ਸਟੇਜਾਂ ਤੇ ਬੋਲ ਬੋਲ ਕੇ ਤੁਸੀਂ ਲੋਕਾਂ ਦੇ ਵਿੱਚ ਅੱਗੇ ਆਏ ਹੋਗੇ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾਗਾ ਉਹ ਸ਼ਖਸ਼ ਨੂੰ ਆਪ ਦੇ ਨਾਲ ਜਦੋਂ ਤੁਸੀਂ ਉਸਤਾਦ ਜੀ ਦਾ ਵਰਡ ਜੋੜਦੇ ਹੋਗੇ ਕਿਵੇਂ ਲੱਗਦਾ ਆ ਬਹੁਤ ਖੁਸ਼ੀ ਹੁੰਦੀ ਆ ਮਨ ਨੂੰ ਵੀ ਉਹਨਾਂ ਨੇ ਇੰਨੀ ਮਿਹਨਤ ਕੀਤੀ ਆ ਚਾਹੇ ਕਮੇਡੀ ਦੇ ਖੇਤਰ ਦੇ ਵਿੱਚ ਹੋਵੇ ਉਹਨਾਂ ਨੇ ਸਾਫ਼ ਸੁਥਰੀ ਕਮੇਡੀ ਕੀਤੀ ਆ ਤੇ ਬਾਕੀ ਹੁਣ ਰਾਜਨੀਤੀ ਦੀ ਗੱਲ ਕਰੀਏ ਸੰਗਰੂਰ ਤੋਂ ਐਮਪੀ ਰਹੇ ਨੇ ਦੋ 10 ਸਾਲਾਂ ਤੇ ਦੂਜਾ ਸਾਲ ਚੱਲ ਰਿਹਾ ਨਾ 10ਵਾਂ ਮਤਲਬ ਤੇ ਬਹੁਤ ਵਧੀਆ ਲੋਕਾਂ ਦੇ ਕੰਮ ਕੀਤੇ ਨੇ ਕਿੰਨੇ ਲੋਕਾਂ ਨੂੰ ਬਾਹਰੋਂ ਕਢਾਇਆ ਜੋ ਵੀ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ ਤੇ ਮੁੱਖ ਮੰਤਰੀ ਸਾਨੂੰ ਸਾਰੇ ਲੋਕਾਂ ਨੂੰ ਕਲਾਕਾਰਾਂ ਨੂੰ ਉਮੀਦ ਹੈ ਕਿ ਉਹ ਪੰਜਾਬ ਦੇ ਜੋ ਲੋਕ ਨੇ ਜੋ ਉਹਨਾਂ ਤੋਂ ਉਮੀਦ ਰੱਖਦੇ ਨੇ ਉਹ ਸਾਰੀਆਂ ਪੂਰੀਆਂ ਹੋਣਗੀਆਂ ਸਤਨੂਜੀ ਭਾਈ ਮੈਨੂੰ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ ਨਾ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਵੀ ਇੰਟਰਵਿਊ ਬੜੀ ਵਧੀਆ ਲੱਗਿਆ ਹੋਊਗਾ ਕਿਉਂਕਿ ਕੈਰੀਅਰ ਬਾਰੇ ਵੀ ਅਸੀਂ ਗੱਲਾਂ ਕਰਿਆ ਨਿਗੀਆਂ ਹਨਾ ਜਿਹੜੀਆਂ ਫਿਲਮਾਂ ਆਉਣ ਵਾਲੀਆਂ ਨਿਗੀਆਂ ਜਾਂ ਫਿਰ ਜੋ ਫਿਲਮਾਂ ਆਈਆਂ ਨੇ ਉਹਨਾਂ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਿਆ ਨਿਗੀਆਂ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਬਈ ਤਨੋਜ ਨੂੰ ਉਰਫ ਵਿੱਬੋ ਪਾਉ ਨੂੰ ਮਿਲ ਕੇ ਬੜਾ ਚੰਗਾ ਲੱਗਿਆ ਕਿਉਂਕਿ ਇੱਕ ਨਾ ਸਵਾਲ ਆਉਂਦਾ ਹੁੰਦਾ ਸੀ ਮਨ ਦੇ ਵਿੱਚ ਇੱਕ ਹੈ ਜੇਕਰ ਆਪਾਂ ਆਮ ਸਖਸ਼ਾਂ ਦੀ ਗੱਲ ਕਰ ਲਈਏ ਜਾਂ ਫਿਰ ਮੈਂ ਖੁਦ ਹੀ ਗੱਲ ਕਰ ਲਾਂ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਹੁੰਦਾ ਸੀ ਯਾਰ ਵੀ ਜਿਹੜੇ ਇੱਕ ਹੱਸਦੇ ਚਿਹਰੇ ਹੁੰਦੇ ਨੇ ਜਾਂ ਫਿਰ ਲੋਕਾਂ ਨੂੰ ਹਸਾਉਣ ਵਾਲੇ ਚਿਹਰੇ ਹੁੰਦੇ ਨੇ ਅਸਲ ਦੇ ਵਿੱਚ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਇੱਕ ਖੁਸ਼ ਨੇ ਜਾਂ ਫਿਰ ਕਹਿ ਸਕਦੇ ਆ ਕਿ ਕਿੰਨੇ ਇੱਕ ਮੁਸ਼ਕਲਾਂ ਚ ਲੱਗ ਕੇ ਅੱਗੇ ਆਏ ਨੇ ਕਿ ਤੇ ਹੁਣ ਮੈਨੂੰ ਉਮੀਦ ਇਹੀ ਹੈ ਕਿ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਊਗੀ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਮੈਨੂੰ ਇਹੀ ਉਮੀਦ ਹੈ ਕਿ ਬਹੁਤ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਜਿਹੇ ਜਿਹੜੇ ਕਲਾਕਾਰ ਨੇ ਜਿਹੜੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਪੈ ਜ਼ਿੰਦਗੀ ਦੇ ਵਿੱਚੋਂ ਦੁੱਖ ਭਲਾ ਕੇ ਖੁਸ਼ੀਆਂ ਵੱਲ ਲੈ ਕੇ ਆਉਂਦੇ ਨੇ ਜਿਹੇ ਕਲਾਕਾਰਾਂ ਦੀ ਜਿਹੜੇ ਤਾਜ਼ਾ ਇੰਟਰਵਿਊ ਨੇ ਸਮੇਂ-ਸਮੇਂ 'ਤੇ ਸਾਡੇ ਸਾਨੂੰ ਕਦਰ ਰਿਹਾ ਹੁਣ ਤੱਕ ਦੀ ਜੁੜੇ ਰਹੋ ਪੰਜਾਬ న్యూਸ ਨਾਲ ਮੈਨੂੰ ਯਾਨੀ ਕਿ ਹਰਦੀਪ ਸ਼ਰਪੰਦਯੋ ਇਜਾਜ਼ਤ ਧੰਨਵਾਦ